ਇਹ ਜਿਹੜਾ ਪ੍ਰਾਰਥਨਾ ਘਰ ਹੈਕਲ ਬਣੀ ਦੁਆ ਦੇ ਵਾਸਤੇ, ਇਹਦੇ ਵਿੱਚ ਬਹੁਤ ਲੋਕਾਂ ਨੇ ਆ ਕੇ ਬਰਕਤ ਹਾਸਿਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਅਤੇ ਦਰਖਾਸਤ ਕੀਤੀ ਵੀ ਹਮੇਸ਼ਾ ਹੈਕਲ ਦਾ ਦਰਵਾਜ਼ਾ ਖੁੱਲ੍ਹਾ ਰਹੇ, ਅਸੀਂ ਕਿੱਥੋਂ ਕਿੱਥੋਂ ਵੀ ਆਈਏ ਅਸੀਂ ਦੁਆ ਕਰਨ ਆਉਣਾ। ਜਿਹਨਾਂ ਜਿਹਨਾਂ ਨੇ ਵੀ ਇੱਥੇ ਬਹਿ ਕੇ ਦੁਆ ਕੀਤੀ, ਖੁਦਾ ਨੇ ਉਹਨਾਂ ਦੀ ਦੁਆ ਨੂੰ ਕਬੂਲ ਕੀਤਾ ਅਤੇ ਬਰਕਤਾਂ ਦਿੱਤੀਆਂ, ਇਸ ਲਈ ਤਾਰੀਫ ਕਰਾਂ। ਹਾਲੇਲੂਇਆ। ਅਸੀਂ ਕਲਾਮ ਸਿੱਖਣਾ ਆ ਅਤੇ ਕਲਾਮ ਜਿਹੜਾ ਸਿੱਖਣਾ ਅਸੀਂ ਅੱਜ, ਉਹ ਬਸ ਛੋਟਾ ਜਿਹਾ ਵਚਨ ਹੈ ਜਿਹਦੇ ਬਾਰੇ ਰਾਤ ਅਸੀਂ ਗੌਰ ਕੀਤੀ ਅਤੇ ਖੁਦਾ ਨੇ ਸਾਨੂੰ ਸਿਖਾਇਆ। ਹਾਂ ਬੋਲੋ, ਜਿਸ ਨੂੰ ਤੂੰ ਪਿਆਰ ਕਰਨਾ ਉਸ ਨੂੰ ਮੇਰੇ ਲਈ ਦੇ ਦੇ। ਹੁਣ ਅਸੀਂ ਇਹਦੇ ਬਾਰੇ ਵਿਚਾਰ ਕਰਾਂਗੇ ਅਤੇ ਫਿਰ ਅਸੀਂ ਪੜ੍ਹਾਂਗੇ ਯੋਹੰਨਾ ਦੀ ਅੰਜੀਲ ਬਾਬ 21 ਉਹਦੀ ਆਇਤ 15 ਆਇਤ ਤੋਂ ਅਸੀਂ ਪੜ੍ਹਾਂਗੇ। ਅਸੀਂ ਪੜ੍ਹਾਂਗੇ ਇਸ ਦੇ ਨਾਲ ਰੂਥ ਦੀ ਕਿਤਾਬ, ਉਸਦਾ ਦੂਸਰਾ ਬਾਬ, ਉਸਦੀ 8ਵੀਂ ਆਇਤ ਤੋਂ। ਬਸ ਇਹ ਬੋਇਸ ਨੇ ਰੂਤ ਨੂੰ ਕਿਹਾ। ਇਹ ਹੁਣ ਤੁਸੀਂ ਅੱਜ ਬਹੁਤ ਧਿਆਨ ਦੇ ਨਾਲ ਸੁਣਨਾ ਆ। ਇਹ ਅੱਜ ਮੇਰੇ ਵਾਸਤੇ ਵੀ ਅੱਜ ਪਹਿਲਾ ਪੈਗਾਮ ਸੀ ਜੋ ਖੁਦਾ ਨੇ ਮੈਨੂੰ ਦਿੱਤਾ ਆਪ ਜੀ ਦੇ ਵਾਸਤੇ।
ਅਤੇ ਜਿਹੜਾ ਆਪ ਜੀ ਨੂੰ ਮਿਲਦਾ ਆ ਨਾ, ਅਤੇ ਉਹ ਆਪ ਜੀ ਨੂੰ ਮਿਲਦਾ ਅਤੇ ਇੱਕ ਇਸ ਮਿੱਟੀ ਦੇ ਬਦਨ ਦੇ ਵਸੀਲੇ, ਅਤੇ ਮਿੱਟੀ ਦੇ ਬਦਨ ਨੂੰ ਵੀ ਜੋ ਮਿਲਦਾ ਆ ਉਹ ਤੁਹਾਡੇ ਵਸੀਲੇ, ਅਤੇ ਹਮੇਸ਼ਾ ਮੇਰੇ ਵਾਸਤੇ ਦੁਆ ਕਰਦੇ ਰਿਹਾ ਕਰੋ। ਅਸੀਂ ਹੁਣ ਪੜ੍ਹਿਆ ਆ ਇਹ ਤਿੰਨ ਵਾਰ ਯਿਸੂ ਮਸੀਹ ਨੇ ਪਤਰਸ ਨੂੰ ਕਿਉਂ ਪੁੱਛਿਆ, ਚਲ ਬੋਲੋ। ਫਿਰ ਪੜ੍ਹੋ, ਫਿਰ ਬੋਲੋ। ਸਾਨੂੰ ਇਹਦਾ ਭੇਤ, ਇਹਦਾ ਪ੍ਰਕਾਸ਼ ਸਿੱਖਣਾ ਚਾਹੀਦਾ ਅਤੇ ਜ਼ਰੂਰੀ ਸਿੱਖਣਾ ਚਾਹੀਦਾ। ਤੁਸੀਂ ਬਹੁਤ ਪੁਰਾਣੇ ਹੋ, ਇੱਕ ਤੁਹਾਡੀ ਖੁਸ਼ੀ ਦੀ ਖਬਰ ਕਿ ਇਹ ਜਿਹੜਾ ਹੋ ਰਿਹਾ ਨਾ ਰਾਜੂ ਜੀ, ਹੋ ਰਿਹਾ ਨਾ, ਅਤੇ ਇਹ ਆਪ ਜੀ ਦਾ ਕਸੂਰ ਹੈ। ਆਪ ਸੰਗਤ ਚਲਾਉਂਦੇ ਅਤੇ ਦੂਸਰੇ ਇਤਵਾਰ ਇਹ ਨਹੀਂ ਹੋਵੇਗਾ, ਨਾ ਹੋਇਆ ਕਰੇਗਾ, ਨਾ ਹੋਇਆ ਹੋਵੇਗਾ, ਨਾ ਹੋਇਆ ਕਰੇਗਾ, ਕਿਉਂਕਿ ਮੈਨੂੰ ਵੀ ਡਿਸਟਰਬਿੰਗ ਬਹੁਤ ਹੁੰਦੀ ਹੈ। ਪਰ ਹੁਣ ਮੈਂ ਦੱਸਣਾ ਚਾਹੁੰਦਾ, ਬੋਲੋ, ਉੱਚੀ ਆਵਾਜ਼ ਨਾਲ ਪੜ੍ਹਨਾ ਮੱਤੀ ਦੀ ਅੰਜੀਲ 28 ਬਾਬ, ਉਸ ਦੀ 19 ਔਰ 20 ਆਇਤ। ਇਸ ਲਈ ਤੁਸੀਂ ਜਾਓ ਅਤੇ ਜਾ ਕੇ ਸਭ ਕੌਮਾਂ ਨੂੰ ਚੇਲਾ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਾਰੀਆਂ ਗੱਲਾਂ ਮੰਨਣੀਆਂ ਸਿਖਾਓ, ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਫਿਰ ਦੇਖੋ ਮੈਂ ਜੁਗ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ। ਦੇਖ ਲਓ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਬਹੁਤ ਜ਼ਿਆਦਾ ਚੌਕਸ ਹੋ ਕੇ ਸੁਣਨਾ ਪੈਣਾ ਹੈ ਆਪ ਜੀ ਨੂੰ, ਬਹੁਤ ਜ਼ਿਆਦਾ। ਉਹ ਇਹ ਆ ਕਿ ਤਿੰਨ ਵਾਰ ਯਿਸੂ ਮਸੀਹ ਨੇ ਪਤਰਸ ਨੂੰ ਕਿਉਂ ਪੁੱਛਿਆ, ਕਿ ਪਤਰਸ ਨੂੰ ਖੁਦਾਵੰਦ ਯਿਸੂ ਨੂੰ ਸ਼ੱਕ ਆ ਉਸ ਉੱਤੇ? ਜੇ ਸ਼ੱਕ ਨਹੀਂ ਆ ਤਾਂ ਤਿੰਨ ਵਾਰੀ ਪੁੱਛਣ ਦਾ ਤਾਂ ਮਤਲਬ ਕਿਉਂ ਸੀ, ਕਿਉਂ ਪੁੱਛਿਆ ਗਿਆ ਤਿੰਨ ਵਾਰ? ਇਹ ਤੁਸੀਂ ਹੁਣ ਸਿੱਖਣਾ ਆ। ਤਿੰਨ ਵਾਰ ਪੁੱਛਿਆ ਕਿ ਯੂਹੰਨਾ ਦੇ ਬੇਟੇ ਸ਼ਮਾਉਨ, ਕੀ ਤੂੰ ਇਹਨਾਂ ਤੋਂ ਜ਼ਿਆਦਾ ਮੈਨੂੰ ਪਿਆਰ ਕਰਦਾ ਹੈ? ਉਸਨੇ ਕਿਹਾ, ਹਾਂ ਖੁਦਾਵੰਦ, ਮੈਂ ਇਹਨਾਂ ਤੋਂ ਜ਼ਿਆਦਾ ਤੈਨੂੰ ਪਿਆਰ ਕਰਦਾ ਹਾਂ।
ਦੂਸਰੀ ਵਾਰੀ ਕੀ ਤੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ? ਹਾਂ ਖੁਦਾਵੰਦ, ਮੈਂ ਇਹਨਾਂ ਤੋਂ ਜ਼ਿਆਦਾ ਤੈਨੂੰ ਪਿਆਰ ਕਰਦਾ। ਤੀਸਰੀ ਵਾਰ ਪੁੱਛਿਆ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ? ਅਤੇ ਤੀਸਰੀ ਵਾਰੀ ਪੁੱਛਿਆ ਅਤੇ ਉਦਾਸ ਹੋ ਗਿਆ, ਗਮਗੀਨ ਹੋ ਗਿਆ, ਘਬਰਾਹਟ ਗਿਆ। ਤਾਂ ਫਿਰ ਕਿਹਾ, ਹਾਂ ਖੁਦਾਵੰਦ ਤੂੰ ਤਾਂ ਜਾਣਦਾ ਆ, ਸਭ ਕੁਛ ਜਾਣਦਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਤਿੰਨ ਵਾਰ ਕਿਉਂ ਪੁੱਛਿਆ ਗਿਆ? ਪੁੱਛੋ, ਜ਼ੋਰ ਸੇ ਬੋਲੋ, ਬੋਲੋ। ਇਹ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਨਾ ਸੰਡੇ ਸਕੂਲ ਦੇ, ਇਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਐਡੀ ਦੂਰ ਜਾਂਦੇ ਹੋ, ਸਾਡੇ ਪਿੰਡ ਵਾਲਾ ਗਿਰਜਾ ਇੰਨੇ, ਅਤੇ ਕਹਿੰਦੇ ਨੇ ਤੁਹਾਨੂੰ ਬਾਈਬਲ ਆਉਂਦੀ ਆ? ਅਤੇ ਕਹਿੰਦੇ ਹੋਰ ਆਉਂਦੀ ਨਹੀਂ। ਅਤੇ ਕਹਿੰਦੇ ਦੱਸੋ ਫਿਰ, ਨੂੰਹ ਦੀ ਕਿਸ਼ਤੀ ਬਣਾਉਣ ਵਿੱਚ 100 ਨਾ ਕਿੰਨੇ ਸਾਲ ਲੱਗੇ? ਅਤੇ ਉਹਨਾਂ ਨੇ ਪੜ੍ਹਿਆ ਹੀ ਨਹੀਂ ਸੀ, ਸੁਣਿਆ ਹੀ ਨਹੀਂ ਸੀ, ਤਾਂ ਲਾਜਵਾਬ ਹੋ ਗਏ। ਕਹਿੰਦੇ ਇਸ ਵਾਸਤੇ ਅਸੀਂ ਜਾਂਦੇ ਹਾਂ, ਅਕਸਰ ਤੁਸੀਂ ਆੜੇ ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਇਹ ਨਿੱਕੇ ਨਿੱਕੇ ਬੱਚੇ ਜਵਾਬ ਦਿੰਦੇ ਹਨ। ਕਿਹੜੇ ਕਿਹੜੇ ਨਿੱਕੇ ਨਿੱਕੇ ਬੱਚੇ ਦੱਸਦੇ ਨੇ, ਜਵਾਬ ਦਿੰਦੇ ਨੇ, ਤੁਹਾਡੇ ਨਾਲ ਵੀ ਸਵਾਲ ਕਰਦੇ ਨੇ, ਤੁਸੀਂ ਵੀ ਉਹਨਾਂ ਦੇ ਸਾਹਮਣੇ ਲਾਜਵਾਬ ਹੋ ਜਾਂਦੇ। ਹੁਣ ਤਿੰਨ ਵਾਰ ਕਿਉਂ ਪੁੱਛਿਆ ਗਿਆ? ਬੋਲੋ। ਪਹਿਲੀ ਵਾਰ ਪੁੱਛਿਆ ਬਾਪ ਵਾਸਤੇ, ਦੂਸਰੀ ਵਾਰ ਪੁੱਛਿਆ ਬੇਟੇ ਵਾਸਤੇ, ਤੀਸਰੀ ਵਾਰ ਪੁੱਛਿਆ ਪਾਕਰੂ ਵਾਸਤੇ। ਸੁਣ ਰਹੇ ਹੋ? ਹਾਂ, ਇਹ ਪ੍ਰਕਾਸ਼ ਆ ਨਵਾਂ, ਅਤੇ ਮੇਰੇ ਵਾਸਤੇ ਵੀ ਆ ਅਤੇ ਤੁਹਾਡੇ ਵਾਸਤੇ ਵੀ ਆ। ਜਦੋਂ ਅਸਮਾਨ ਤੋਂ ਰੋਟੀ ਡਿੱਗਦੀ ਸੀ ਨਾ, ਜਦੋਂ ਰੋਟੀ ਡਿੱਗਦੀ ਸੀ ਅਸਮਾਨ ਤੋਂ, ਅਤੇ ਮੂਸਾ ਵੀ ਉਹੀ ਰੋਟੀ ਖਾਂਦਾ ਸੀ, ਹਾਰੂਨ ਵੀ ਉਹੀ ਰੋਟੀ ਖਾਂਦਾ ਸੀ, ਕਾਲਬ ਵੀ ਉਹੀ ਰੋਟੀ ਖਾਂਦਾ ਸੀ, ਯੋਸ਼ੂਆ ਵੀ ਉਹੀ ਰੋਟੀ ਖਾਂਦਾ ਸੀ। ਰੋਟੀਆਂ ਅਦਲ ਬਦਲ ਕਰਕੇ ਨਹੀਂ ਸੀ ਆਉਂਦੀ। ਸਮਝ ਗਏ ਹੋ? ਠੀਕ ਹੈ, ਤੁਹਾਨੂੰ ਸਮਝਣ ਦੇ ਲਈ ਹੱਥ ਖੜਾ ਕਰਕੇ ਦੱਸਣਾ ਵਾ ਵੀ ਯਿਸੂ ਮਸੀਹ ਨੇ ਤਿੰਨ ਵਾਰ ਕਿਉਂ ਪੁੱਛਿਆ? ਬੋਲੋ, ਤਿੰਨ ਵਾਰ ਕਿਉਂ ਪੁੱਛਿਆ? ਹਾਂ ਬੋਲੋ। ਇੱਕ ਵਾਰੀ ਬਾਪ ਵਾਸਤੇ, ਦੂਸਰੀ ਵਾਰੀ ਬੇਟੇ ਵਾਸਤੇ, ਤੀਸਰੀ ਵਾਰੀ ਪਾਕ ਰੂਹ ਵਾਸਤੇ। ਹਾਂ ਬੱਚਿਓ, ਤੁਸੀਂ ਵੀ ਸਿੱਖਣਾ ਇਹ, ਕਿਉਂਕਿ ਇਹ ਪਹਿਲਾ ਪ੍ਰਕਾਸ਼ ਆ ਅਤੇ ਸ਼ਾਇਦ ਅਜੇ ਤੱਕ ਸੁਣਾਇਆ ਨਹੀਂ ਸੀ ਗਿਆ, 24 ਸਾਲਾਂ ਤੋਂ ਬਾਅਦ ਪਹਿਲੀ ਵਾਰ। ਅਤੇ ਤੁਸੀਂ ਸਾਰਿਆਂ ਨੂੰ ਧਿਆਨ, ਤੁਸੀਂ ਵੀ ਸੁਣਨਾ, ਇੱਕ ਵਾਰ ਪਹਿਲੀ ਵਾਰ ਪੁੱਛਿਆ ਖੁਦਾ ਬਾਪ ਵਾਸਤੇ, ਦੂਸਰੀ ਵਾਰੀ ਪੁੱਛਿਆ ਯਿਸੂ ਮਸੀਹ ਵਾਸਤੇ, ਤੀਸਰੀ ਵਾਰੀ ਪੁੱਛਿਆ ਪਾਕ ਰੂਹ ਵਾਸਤੇ।
ਸਿੱਧਾ ਮੇਰੇ ਵੱਲ ਧਿਆਨ ਰੱਖਣਾ ਹੈ ਆਪਨੇ। ਠੀਕ ਹੈ ਜੀ। ਇਹ ਕਿਉਂ ਪੁੱਛਿਆ ਗਿਆ? ਜਦੋਂ ਬਾਪ ਵੱਲੋਂ ਪੁੱਛਿਆ, ਉਸ ਵਕਤ ਰੋਟੀ ਸੀ ਇੱਕ ਬੰਨੇ, ਅਤੇ ਯਸੂ ਮਸੀਹ ਨੇ ਪੁੱਛਿਆ, ਹੇ ਯੂਨਾ ਦੇ ਬੇਟੇ ਸ਼ਮਾਉਨ, ਕਿ ਤੂੰ ਇਹਦੇ ਨਾਲੋਂ ਜ਼ਿਆਦਾ ਪਿਆਰ ਕਰਦਾ ਬਾਪ ਨੂੰ? ਕਿਉਂਕਿ ਬਾਪ ਤੋਂ ਅਲੱਗ ਕਰਨ ਵਾਲੀ ਰੋਟੀ ਹੁੰਦੀ ਹੈ। ਕੀ ਹੁੰਦਾ? ਬੋਲੀਏ, ਰੋਟੀ ਹੁੰਦੀ ਹੈ। ਜਦੋਂ ਯਸੂ ਮਸੀਹ ਨੂੰ ਭੁੱਖ ਲੱਗੀ ਸੀ, ਉਸ ਵਕਤ ਉਸਨੇ ਕਿਹਾ ਸੀ ਸ਼ੈਤਾਨ ਨੇ, ਜੇ ਤੂੰ ਖੁਦਾ ਦਾ ਬੇਟਾ ਆ ਤਾਂ ਫਿਰ ਇਹਨਾਂ ਪੱਥਰਾਂ ਨੂੰ ਕਹਿ ਦੇ ਰੋਟੀ ਬਣ ਜਾਓ, ਤਾਂ ਇਹ ਰੋਟੀਆਂ ਬਣ ਜਾਣਗੀਆਂ, ਕਿਉਂਕਿ ਤੈਨੂੰ ਭੁੱਖ ਲੱਗੀ ਹੈ। ਯਸੂ ਮਸੀਹ ਨੇ ਕਿਹਾ, ਇਨਸਾਨ ਸਿਰਫ ਰੋਟੀ ਨੂੰ ਕੱਟਿਆ ਨਹੀਂ, ਜ਼ੋਰ ਸੇ ਬੋਲੋ, ਉਹ ਨਹੀਂ ਕਿਹਾ ਵੀ ਰੋਟੀ ਨਹੀਂ ਚਾਹੀਦੀ, ਇਹ ਨਹੀਂ ਕਿਹਾ। ਕਈ ਲੋਕ ਮੰਨਦੇ ਨੇ ਵੀ ਉਸਨੇ ਕਿਹਾ ਵੀ ਰੋਟੀ ਦੀ ਜ਼ਰੂਰਤ ਹੀ ਨਹੀਂ। ਜਦੋਂ 12 ਸਾਲ ਦੀ ਲੜਕੀ ਨੂੰ ਜ਼ਿੰਦਾ ਕੀਤਾ ਖੁਦਾਵੰਦ ਯਸੂ ਮਸੀਹ ਨੇ, ਜ਼ਿੰਦਾ ਕਰਕੇ ਵਿਖਾਇਆ, ਅਤੇ ਉਸਨੂੰ ਕਿਹਾ ਇਸ ਨੂੰ ਰੋਟੀ ਦਿੱਤੀ ਜਾਏ ਖਾਣ ਵਾਸਤੇ, ਅਤੇ ਯਸੂ ਦੇ ਵਚਨ ਦੇ ਨਾਲ ਤਾਂ ਜ਼ਿੰਦਾ ਹੋ ਗਈ ਸੀ, ਅਤੇ ਹੁਣ ਰੋਟੀ ਦੀ ਕੀ ਜ਼ਰੂਰਤ ਸੀ? ਸਮਝ 'ਚ ਤਾਂ ਨਹੀਂ ਆਇਆ? ਕੌਣ ਆ ਗਿਆ? ਸਮਝ ਵਿੱਚ ਆਇਆ ਜਾਂ ਨਹੀਂ? ਜੇ ਵਚਨ ਦੇ ਨਾਲ ਬੰਦਾ ਜ਼ਿੰਦਾ ਰਹਿੰਦਾ ਆ, ਅਤੇ ਵਚਨ ਤਾਂ ਯਸੂ ਦਾ ਸੀ, ਵਚਨ ਦੇ ਨਾਲ ਉਹ ਜ਼ਿੰਦਾ ਹੋ ਗਈ, ਅਤੇ ਹੁਣ ਰੋਟੀ ਦੀ ਕਿਉਂ ਜ਼ਰੂਰਤ ਪਈ? ਖੁਦਾ ਨੇ ਸਭ ਤੋਂ ਪਹਿਲਾਂ ਹੁਕਮ ਹੀ ਇਹ ਦਿੱਤਾ ਕਿ ਕਰਮ ਕਰਨਾ ਆ, ਕੰਮ ਕਰਨਾ ਆ, ਅਤੇ ਨਾਲ ਰਾਖੀ ਕਰਨੀ ਹੈ। ਜਿਹੜਾ ਕੰਮ ਨਹੀਂ ਕਰਦਾ ਉਹਨੂੰ ਰੋਟੀ ਨਹੀਂ ਖਾਣੀ ਚਾਹੀਦੀ। ਕਿਸ ਉਮਰ ਵਿੱਚ ਨਹੀਂ ਕਰਨਾ ਚਾਹੀਦਾ, ਕਿਸ ਉਮਰ ਵਿੱਚ ਕਰਨਾ ਚਾਹੀਦਾ? ਉਮਰ ਦਾ ਮਤਲਬ ਨਹੀਂ, ਜਿੰਨਾ ਚਿਰ ਤੂੰ ਕਰ ਸਕਣਾ ਕਰਮ ਕਰਨਾ ਚਾਹੀਦਾ। ਜੇ ਤੇਰਾ ਹੱਥ ਨਹੀਂ ਕੰਮ ਕਰਦਾ ਤੇ ਪੈਰ ਦੇ ਨਾਲ ਵੀ ਕੰਮ ਕਰ। ਇੱਕ ਮੁਨੀਮ ਲੱਗਿਆ ਹੋਇਆ ਸੀ ਅਤੇ ਉਹਦੇ ਹੱਥ ਹੈ ਨਹੀਂ ਸੀ, ਅਤੇ ਲੋਕਾਂ ਨੇ ਤਾਜਬ ਕੀਤਾ ਵੀ ਇਹਦੇ 'ਤੇ ਹੱਥ ਹੀ ਹੈ ਨਹੀਂ ਲਿਖਣ ਵਾਸਤੇ, ਅਤੇ ਇਹ ਮੁਨੀਮ ਦਾ ਕੰਮ ਕਰਦਾ। ਅਤੇ ਉਹਨਾਂ ਨੇ ਮਾਲਕਾਂ ਨੇ ਦੱਸਿਆ ਵੀ ਇਹ ਹੱਥ ਨਾਲ ਨਹੀਂ, ਇਹ ਪੈਰ ਨਾਲ ਲਿਖਦਾ। ਪੈਰ ਨਾਲ ਲਿਖ ਸਕਦਾ ਕਿ ਨਹੀਂ? ਆ ਤੁਸੀਂ ਬੋਲੋ ਕਿ ਨਹੀਂ ਲਿਖ ਸਕਦਾ? ਬੋਲੋ, ਲਿਖ ਸਕਦਾ। ਮੈਨੂੰ ਦੇ ਦਿਓ ਪੈਨ ਅਤੇ ਮੈਂ ਪੈਰ ਨਾਲ ਲਿਖ ਦਊਂ, ਜਿੰਨਾ ਕੁ ਹੱਥ ਨਾਲ ਲਿਖ ਸਕਦਾ ਓਨਾ ਕੁ ਮੈਂ ਪੈਰ ਨਾਲ ਲਿਖ ਦਊਂ। ਹੱਥ ਨਾ ਵੀ ਹੋਣ ਫਿਰ ਵੀ ਕੰਮ ਨਾ ਛੱਡਿਓ, ਭਾਵੇਂ ਪੈਰ ਨਾਲ ਹੀ ਲਿਖਣਾ ਕਿਉਂ ਸਿੱਖ ਲਓ। ਸੁਣਦੇ ਹੋ? ਤੁਸੀਂ ਬੋਲੋਗੇ ਜੇ ਹਾਂ ਪੈਰ ਵੀ ਨਾ ਹੋਣ ਤਾਂ ਫਿਰ ਵੀ ਤੁਸੀਂ ਕੰਮ ਕਰ ਸਕਦੇ ਹੋ। ਕਾਹਦੇ ਨਾਲ ਕੰਮ ਕਰ ਸਕਦੇ ਹੋ? ਤੁਸੀਂ ਆਪਣੀਆਂ ਅੱਖਾਂ ਨਾਲ ਕੰਮ ਕਰ ਸਕਦੇ ਹੋ?
ਅੱਖਾਂ ਵੀ ਤੈਨੂੰ ਕੰਮ ਕਰਨ ਵਾਸਤੇ ਦਿੱਤੀਆਂ ਨੇ, ਅੱਖਾਂ ਵੀ ਤੈਨੂੰ ਕੰਮ ਕਰਨ ਵਾਸਤੇ ਦਿੱਤੀਆਂ ਨੇ। ਰਾਖੀ ਕਾਹਦੇ ਨਾਲ ਕਰਦੇ? ਨੀਂਦ ਆ ਰਹੀ ਆ ਕਿ ਜਾਂ ਕੀ ਗੱਲ ਆ? ਤੂੰ ਬੋਲਦੇ ਨਹੀਂ। ਅੱਖਾਂ ਕੰਮ ਕਰ ਸਕਦੀਆਂ ਨੇ ਜਾਂ ਨਹੀਂ? ਰਾਖੀ ਕਾਹਦੇ ਨਾਲ ਕਰ ਹੁੰਦੀ ਆ? ਰਾਖੀ ਕਾਹਦੇ ਨਾਲ ਹੁੰਦੀ ਆ? ਰਾਖੀ ਕਾਹਦੇ ਨਾਲ ਹੁੰਦੀ ਆ? ਤੇ ਨਹੀਂ ਫਿਰ ਕੰਮ ਕਰ ਸਕਦੇ? ਸ਼ਾਬਾਸ਼, ਤੂੰ ਇੱਧਰ ਆ ਯਾਰ, ਇਹ ਬੰਦਾ ਥੋੜ੍ਹਾ ਹੁਸ਼ਿਆਰ ਆ। ਆ ਨਾਲੇ ਜਿਨ੍ਹਾਂ ਬੱਚਿਆਂ ਕੋਲ ਬਾਈਬਲਾਂ ਹੈ ਨਹੀਂ ਤੇ ਉਹ ਬਾਈਬਲਾਂ ਲੈ ਸਕਦੇ ਹਨ। ਤੁਮਕੋ ਨਹੀਂ, ਛੋਟਾ ਖੜਾ ਦੱਸ, ਜਦੋਂ ਤੇਰੇ ਕੋਲ ਹੱਥ ਨਹੀਂ ਤੇ ਪੈਰ ਨਾਲ ਲਿਖਣਾ ਸਿੱਖ ਸਕਣਾ ਕਿ ਨਹੀਂ? ਲੈ, ਜੇ ਹੱਥ ਨਹੀਂ ਤੇ ਅੱਖ ਨਾਲ ਤੂੰ ਕੰਮ ਕਰ ਸਕਦਾ ਕਿ ਨਹੀਂ? ਕਰ ਸਕਦਾ। ਜੇ ਅੱਖ ਵੀ ਨਾ ਹੋਵੇ ਕੰਨਾਂ ਨਾਲ ਕੰਮ ਕਰ ਸਕਦਾ ਕਿ ਨਹੀਂ? ਕੰਮ ਕਰਨ ਵਾਲਾ ਹੋਣਾ ਚਾਹੀਦਾ। ਜਿੰਨੇ ਤੇਰੇ ਅੰਗ ਨੇ ਇੱਕ ਇੱਕ ਅੰਗ ਕੰਮ ਕਰ ਸਕਦਾ ਹੈ। ਚਾਬਾ, ਮੈਂ ਹੁਣ ਇਹਨੂੰ ਕੋਈ ਕਿਹਾ ਵੀ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰ? ਬਹਿ ਜਾ ਬੇਟੇ। ਹੁਣ ਦੱਸੋ, ਸੁਣ ਰਹੇ ਹੋ ਕਿ ਨਹੀਂ? ਬੋਲੋ, ਕੰਮ ਕਰਨਾ ਚਾਹੀਦਾ। ਬੋਲੋ, ਕੰਮ ਕਰਨਾ ਚਾਹੀਦਾ। ਜਿਹੜਾ ਕੰਮ ਨਾ ਕਰੇ ਉਹਨੂੰ ਭੋਜਨ ਨਹੀਂ ਕਰਨਾ ਚਾਹੀਦਾ, ਉਹਨੂੰ ਰੋਟੀ ਨਹੀਂ ਖਾਣੀ ਚਾਹੀਦੀ। ਜੇ ਉਹ ਰੋਟੀ ਖਾਂਦਾ ਤੇ ਉਹ ਹਰਾਮ ਖਾਂਦਾ ਆ, ਤੇ ਜਿਹੜਾ ਹਰਾਮ ਖਾਂਦਾ ਉਹ ਨਿਹੱਕ ਖਾਂਦਾ ਆ। ਜਿਹੜਾ ਨਿਹੱਕ ਖਾਵੇ ਉਹ ਹਰਾਮ ਖਾਂਦਾ ਹੈ। ਫਿਲਪੀਓ ਤੀਸਰੇ ਬਾਬ ਦੀ 19 ਆਇਤ ਵਿੱਚ ਲਿਖਿਆ ਹੈ, ਤਾਂ ਯਿਸੂ ਮਸੀਹ ਨੇ ਪੁੱਛਿਆ ਸੀ ਪਤਰਸ ਨੂੰ ਕਿ ਤੂੰ ਖੁਦਾ ਨਾਲ ਪਿਆਰ ਕਰਨਾ ਆ ਜ਼ਿਆਦਾ ਜਾਂ ਰੋਟੀ ਨਾਲ ਜ਼ਿਆਦਾ ਪਿਆਰ ਕਰਨਾ? ਉਸਨੇ ਕਿਹਾ, ਖੁਦਾਵੰਦ, ਮੈਂ ਰੋਟੀ ਤੋਂ ਜ਼ਿਆਦਾ ਪਿਆਰ ਕਰਦਾ ਹਾਂ ਖੁਦਾ ਬਾਪ ਨੂੰ, ਕਿਉਂਕਿ ਜਦੋਂ ਬਪਤਿਸਮਾ ਲਿਆ ਸੀ ਤੇ 3 ਸਨ। ਕਿੰਨੇ? ਹੌਲੀ ਬੋਲਿਓ, ਕਿਸੇ ਨੂੰ ਸੁਣਾਈ ਨਹੀਂ ਦੇਣਾ ਚਾਹੀਦਾ। ਜਦੋਂ ਤੁਸੀਂ ਬਪਤਿਸਮਾ ਲਿਆ ਤੇ ਕਿੰਨੇ ਸੀ? 3। ਕੌਣ ਕੌਣ? ਸ਼ਾਬਾਸ਼, ਸਿੱਖ ਲਿਆ ਕੀ? ਪਹਿਲਾਂ ਕੌਣ ਕੌਣ ਸਨ? ਤੂੰ ਵੀ ਆ ਗਿਆ ਵਿੱਚ, ਤਾਂ ਤੂੰ ਵੀ ਆ ਜਾ, ਬਹਿ ਜਾ, ਤੂੰ ਵੀ ਬਿਠਾ ਓਏ। ਸੁਣੋ, ਧਿਆਨ ਨਾਲ ਸੁਣੋ, ਹੈਲੇਲੂਇਆ ਕਰਦੇ, ਹੈਲੇਲੂਇਆ। ਚੱਲ ਬਹਿ ਜਾ ਫਿਰ। ਤੁਹਾਨੂੰ ਕਹਿੰਦਾ ਹੈਲੇਲੂਇਆ, ਫਿਰ ਕਹਿ ਦੇ, ਫਿਰ ਕਹਿ ਦੇ, ਇੱਕ ਵਾਰੀ ਕਹਿ ਦੇ, ਹੈਲੇਲੂਇਆ। ਸੁਣ ਰਹੇ ਹੋ ਸੰਡੇ ਸਕੂਲ ਦੇ ਬੱਚੇ,
ਇਹੋ ਜਿਹੇ ਬਣ ਜਾਣੇ ਹਨ ਕਿ ਸਿਆਣਿਆਂ ਨੇ ਵੀ ਫੋਲ ਫੋਲ ਬਹਿਬਰਾ ਲੱਭਣਾ, ਉਹ ਭਾਈ ਸੁਣ ਲਿਆ, ਹੈਲੇਲੂਯਾ ਸੁਣ ਲਿਆ। ਧਿਆਨ ਨਾਲ ਸੁਣ ਰਹੇ ਹੋ, ਬੋਲੋ, ਠੀਕ ਹੈ। ਰੋਟੀ, ਬੋਲੋ, ਰੋਟੀ ਵਾਸਤੇ, ਰੋਟੀ ਵਾਸਤੇ ਈਸਾਉ ਨੇ ਰੱਬ ਨੂੰ ਛੱਡ ਦਿੱਤਾ, ਰੋਟੀ ਲੈ ਲਈ, ਕਿਉਂਕਿ ਰੱਬ ਨੇ ਪਹਿਲੌਠੇ ਦਾ ਹੱਕ ਦਿੱਤਾ, ਰੱਬ ਨੇ ਪਹਿਲੌਠੇ ਦਾ ਹੱਕ ਦਿੱਤਾ। ਬੋਲੋ, ਤੇ ਪਹਿਲੌਠੇ ਦਾ ਹੱਕ ਛੱਡ ਦਿੱਤਾ ਕਾਹਦੇ ਵਾਸਤੇ? ਜ਼ੋਰ ਸੇ, ਕਾਹਦੇ ਵਾਸਤੇ? ਫਿਰ ਬੋਲੋ, ਇਸ ਲਈ ਈਸਾਉ ਨੂੰ ਉਦੋਂ ਤੋਂ ਲੈ ਕੇ ਅੱਜ ਤੱਕ, ਉਹਦਾ ਨਾਮ ਆ ਹਰਾਮ ਖਾਣ ਵਾਲਾ, ਅਦੋਮ, ਬੋਲੋ, ਅਦੋਮ, ਮੈਨੇ ਭੁੱਖਾ, ਅਦੋਮ ਦੇ ਮੈਨੇ ਭੁੱਖਾ ਆ। ਹੁਣ ਉਹ ਭੁੱਖਾ ਆ ਤੇ ਉਹਨੇ ਕਿਹਾ ਮੈਂ ਪਹਿਲੌਠੇ ਦੇ ਹੱਕ ਨੂੰ ਕੀ ਕਰਨਾ ਜੇ ਮੈਂ ਰੋਟੀ ਤੋਂ ਬਗੈਰ ਮਰ ਗਿਆ। ਤੇ ਸੁਣੋ ਸੁਣੋ, ਅਲੀ ਮਲਕ, ਬੋਲੋ ਭਾਜੀ, ਬੋਲਿਆ ਕਰੋ, ਵਿਰਕ ਸਾਹਿਬ ਬੋਲੋ, ਬੋਲਣਾ ਚਾਹੀਦਾ, ਬੋਲੋ, ਅਲੀ ਮਲਕ, ਜਿਹਦੇ ਨਾਮ ਦਾ ਅਰਥ ਖੁਦਾ ਮੇਰਾ ਬਾਦਸ਼ਾਹ, ਮੇਰਾ ਬਾਪ ਮੇਰਾ ਬਾਦਸ਼ਾਹ, ਜਿਹਦਾ ਬਾਪ ਬਾਦਸ਼ਾਹ ਹੋਵੇ ਤੇ ਭੁੱਖਾ ਮਰੇਗਾ ਤੇ ਜ਼ਰੂਰ। ਉਹ ਹੁਣ ਕਹਿੰਦਾ ਆ ਤੇ ਖੁਦਾ ਨੇ ਦੇਖਿਆ ਵੀ ਰੋਟੀ, ਰੋਟੀ ਨੂੰ ਅਲੀ ਮਲਕ ਮੰਨਦਾ ਕਿ ਮੈਨੂੰ, ਤੇ ਖੁਦਾ ਨੇ ਉੱਥੇ ਉੱਥੇ ਕਾਲ ਭੇਜਿਆ। ਕਾਲ ਇਸ ਲਈ ਭੇਜਿਆ ਵੀ ਵਿਸ਼ਵਾਸ ਕਰਨਗੇ ਵੀ ਜ਼ਿੰਦਗੀ ਪਰਮੇਸ਼ੁਰ ਦੇ ਵਚਨ ਵਿੱਚ ਆ, ਵਿਸ਼ਵਾਸ ਕਰਨਗੇ ਕਿ ਨਹੀਂ। ਅਲੀ ਮਲਕ ਨੇ ਕਿਹਾ ਆਪਣੀ ਬੀਵੀ ਨੌਮੀ ਨੂੰ, ਉਸਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਮੁਆਬ ਵਿੱਚ ਜਾਣਾ ਆ, ਮੁਆਬ ਵਿੱਚ ਜਾਣਾ, ਮੁਆਬ ਵਿੱਚ। ਅਤੇ ਨੌਮੀ ਨੇ ਕਿਹਾ ਕਿਉਂ ਜਾਣਾ ਮੁਆਬ ਵਿੱਚ? ਉਸਨੇ ਕਿਹਾ ਕਿ ਇਸ ਲਈ ਜਾਣਾ ਵੀ ਇੱਥੇ ਰੋਟੀ ਹੈ ਨਹੀਂ। ਬੋਲੋ, ਜਿੱਥੇ ਖੁਦਾ ਹੋਵੇ ਉੱਥੇ ਰੋਟੀ ਨਹੀਂ ਹੁੰਦੀ। ਵੇਖਣ, ਮੈਂ ਭੁਲੇਖਾ ਪਾ ਕੇ ਪੁੱਛੋ ਤੇ ਭੁੱਲ ਗਏ ਨਾ ਤੁਸੀਂ? ਤੁਸੀਂ ਨਹੀਂ ਭੁੱਲਣਾ। ਬੋਲੋ, ਤੁਸੀਂ ਸਿੱਖਿਆ ਸੀ ਜਿੱਥੇ ਖੁਦਾ ਹੋਵੇ? ਖੜੇ ਹੋ ਕੇ ਦੱਸੋ, ਤੁਹਾਨੂੰ ਜੀ ਵੀ ਚੇਤਾ ਹੈ, ਖੜੇ ਹੋ ਕੇ ਦੱਸੋ। ਅਗਲੀ ਵਾਰ ਨੂੰ ਮੈਕ ਵੀ ਮਿਲੇਗਾ। ਹਾਂਜੀ, ਜਿੱਥੇ ਖੁਦਾ ਹੋਵੇ ਉੱਥੇ ਸਭ ਕੁਛ ਹੁੰਦਾ, ਅਤੇ ਰੋਟੀ ਤਾਂ ਨਹੀਂ ਨਾ ਹੁੰਦੀ। ਬੈਠ ਦਿਓ।
ਹੁਣ ਆ ਨਿੱਕੀ ਜਿਹੀ ਕੁੜੀ ਨੂੰ ਪਤਾ ਆ ਵੀ ਜਿੱਥੇ ਖੁਦਾ ਹੋਵੇ ਉੱਥੇ, ਅਤੇ ਉਹ ਕਹਿੰਦੇ ਨੇ ਵੀ ਰੋਟੀ ਹੈ ਨਹੀਂ, ਤਾਂ ਕਹਿੰਦੇ ਨੇ ਜੇ ਰੋਟੀ ਹੈ ਨਹੀਂ ਆ ਅਤੇ ਫਿਰ ਕੀ ਖੁਦਾ ਇੱਥੇ ਹੈਗਾ ਆ, ਅਤੇ ਉਹ ਕਹਿੰਦੇ ਨੇ ਵੀ ਸਾਨੂੰ ਪਹਿਲਾਂ ਰੋਟੀ ਦਿਸਦੀ ਆ ਫਿਰ ਖੁਦਾ। ਯਾਰ ਬੋਲੋ ਵੀ, ਇਹ ਤੁਹਾਨੂੰ ਸਿੱਖਣਾ ਪੈਣਾ, ਬੋਲਣਾ ਸਿੱਖਣਾ ਪੈਣਾ ਆ ਤਾਂ ਕਿ ਤੁਹਾਨੂੰ ਵਚਨ ਚੇਤੇ ਰਹੇ। ਆ ਨਿੱਕੀ ਜਿਹੀ ਬੇਟੀ ਨੂੰ ਚੇਤੇ ਆ ਵਚਨ, ਆ ਨਿੱਕੀ ਜਿਹੀ ਬੇਟੀ ਨੂੰ ਵੀ ਜਿੱਥੇ ਖੁਦਾ ਹੋਵੇ ਉੱਥੇ। ਮੈਂ ਇਹ ਦਿਨ ਕਿਹਾ ਵੀ ਤੂੰ ਕਹਿੰਦੇ ਸਭ ਕੁਛ ਹੁੰਦਾ, ਉਹਨੇ ਆਪੇ ਹੀ ਕਿਹਾ ਆ। ਅਤੇ ਜੇ ਨਿੱਕੀ ਜਿਹੀ ਬੇਟੀ ਕੋਲ ਸੁਣਿਆ ਹੋਇਆ ਵਚਨ ਚੇਤੇ ਆ, ਅਤੇ ਤੁਸੀਂ ਉਦੋਂ ਜਦੋਂ ਸੁਣਦੇ ਹੋ ਉਦੋਂ ਭਲਾ ਤੁਸੀਂ ਕਿਤੇ ਹੋਰ 'ਤੇ ਹੁੰਦੇ ਹੋ ਕਿ ਇੱਥੇ ਹੀ ਹੁੰਦੇ ਹੋ? ਹੁਣ ਬੋਲੋ, ਅਲੀ ਮਲਕ ਆਪਣੀ ਬੀਵੀ ਨੂੰ ਲੈ ਕੇ, ਆਪਣੇ ਦੋਵਾਂ ਬੇਟਿਆਂ ਨੂੰ ਲੈ ਕੇ ਮੁਆਬ ਵਿੱਚ ਚਲਾ ਗਿਆ। ਉੱਥੇ ਰੰਗ ਬਿਰੰਗੇ ਪਰੌਂਠੇ, ਰੰਗ ਬਿਰੰਗੇ ਭੋਜਨ, ਰੰਗ ਬਿਰੰਗੇ ਭੋਜਨ ਨੇ ਉੱਥੇ। ਅਤੇ ਜਦੋਂ ਗਿਆ ਅਤੇ ਬਹੁਤ ਉੱਥੇ ਭੋਜਨ ਆਲਾ ਕਿਸਮ ਦੇ ਨੇ, ਅਤੇ ਉਹ ਕਹਿੰਦਾ ਵੀ ਜੇ ਮੈਂ ਉੱਥੇ ਰਹਿ ਕੇ ਭੁੱਖਾ ਹੀ ਮਰ ਜਾਂਦਾ ਅਤੇ ਫਿਰ ਕੀ ਫਾਇਦਾ ਹੁੰਦਾ। ਅਤੇ ਨੌਮੀ ਨੂੰ ਕਹਿੰਦਾ ਦੇਖ ਲਾ ਇੱਥੇ ਭੋਜਨ ਕੈਸੇ ਕੈਸੇ ਵਧੀਆ ਨੇ। ਅਤੇ ਅਜੇ ਕਹਿੰਦਾ ਹੀ ਸੀ ਵਧੀਆ ਵਧੀਆ ਭੋਜਨ, ਹੈਜਾ ਹੋ ਗਿਆ ਅਤੇ ਮਰੀ ਗਿਆ। ਕਾਹਦੇ ਨਾਲ? ਕਾਹਦੇ ਨਾਲ? ਕਦੀ ਹੈਜਾ ਵੇਖਿਆ ਕਿ ਨਹੀਂ? ਨਹੀਂ ਪਤਾ ਲੱਗਾ, ਆਪ ਜੀ ਨੂੰ ਨਹੀਂ ਪਤਾ ਹੈਜਾ ਕੀ ਹੁੰਦਾ। ਬੋਲੋ, ਹੈਜੇ ਨਾਲ ਮਰ ਗਿਆ। ਕਾਹਦੇ ਨਾਲ? ਜ਼ੋਰ ਨਾ ਬੋਲੋ, ਜ਼ੋਰ ਨਾ ਬੋਲੋ। ਅਤੇ ਉਹਨੇ ਕਿਹਾ ਕੀ ਫਾਇਦਾ ਹੋਇਆ ਇਹਨਾਂ ਰੋਟੀਆਂ ਦਾ? ਇਹਨਾਂ ਰੋਟੀਆਂ ਦੇ ਨਾਲ ਮੌਤ ਹੋ ਗਈ। ਦੋਵੇਂ ਬੇਟੇ, ਵੱਡਾ ਵੀ ਉੱਥੇ ਵਿਆਹ ਦਿੱਤਾ ਸੀ ਕਿਉਂਕਿ ਉੱਥੇ ਰੋਟੀ ਸੀ, ਬਰਾਤ ਨੂੰ ਰੋਟੀ ਨਾ ਪਾਓ। ਜ਼ੋਰ ਸੇ ਬੋਲੋ, ਜਦੋਂ ਬਰਾਤ ਨੂੰ ਰੋਟੀ ਨਾ ਪਾਈਏ, ਇਹ ਪਾਈਏ ਮੈਂ ਜਾਣ ਬੁੱਝ ਕੇ ਕਹਿ, ਪਾਈਏ ਪਾਈਏ ਨਾ ਪਾਈਏ ਨਾ, ਤੇ ਬਰਾਤ ਖੁਸ਼ ਹੁੰਦੀ ਹੈ ਨਾ। ਬੋਲੋ, ਕਿਉਂਕਿ ਬਰਾਤ ਦਾ ਧਿਆਨ ਸਿਰਫ ਕਿਹਦੇ ਵੱਲ ਤੇ ਕਿਹਦੇ ਵਿੱਚ ਨੇ? ਯਾਰ ਬੋਲੋ ਵੀ, ਤੁਸੀਂ ਥੱਕ ਕੇ ਲੱਗਦੇ ਜਿਹੜੇ ਨਹੀਂ ਸੁਣਨਾ, ਤਾਂ ਫਿਰ ਆਮੀਨ ਕਰਦੀ ਹੈ ਆਮੀਨ, ਬਾਕੀ ਦਾ ਫਿਰ ਕਿਤੇ ਸੁਣ ਲਿਓ, ਜੀਂਦੇ ਰਹੇ ਤਾਂ ਸੁਣ ਲਿਓ। ਮੈਂ ਕਹਿ ਰਿਹਾ ਹੱਥ ਖੜਾ ਕਰਕੇ ਦੱਸੋ ਵੀ ਤੁਹਾਡੀ ਅਕਲ ਵਿੱਚ ਇਮਾਨ ਵਿੱਚ ਇਹ ਕਲਾਮ ਉਤਰ ਰਿਹਾ ਕਿ ਨਹੀਂ? ਅਤੇ ਫਿਰ ਤੁਹਾਨੂੰ ਬੋਲਣਾ ਪੈਣਾ ਹੈ, ਜਦੋਂ ਨਾ ਬੋਲੋਗੇ ਤੇ ਇਹ ਆਵਾਜ਼ ਇੱਧਰੋਂ ਬੰਦ ਹੋ ਜਾਣੀ, ਫਿਰ ਆਪਾਂ ਸਾਰਿਆਂ ਨਾਲ ਹੀ ਗੱਲ ਕਰ ਲੈਣੀ।
ਬੋਲੋ ਰੋਟੀ ਰੋਟੀ ਬਹੁਤ ਸੀ ਉੱਥੇ ਬੜਾ ਬੇਟਾ ਉੱਥੇ ਵਿਆਹ ਕਰਾ ਲਿਆ ਉਹ ਵੀ ਮਰ ਗਿਆ ਛੋਟਾ ਵੀ ਮਰ ਗਿਆ ਉਹ ਵੀ ਉੱਥੇ ਵਿਆਹ ਕਰਾਇਆ ਸੀ ਉਹਨੇ ਹੁਣ ਲੋਕੀ ਸਵਾਲ ਕਰਦੇ ਨੇ ਅਲੀ ਮਲਕ ਵੀ ਮਰ ਗਿਆ ਵੱਡਾ ਲੜਕਾ ਵੀ ਮਰ ਗਿਆ ਤੇ ਛੋਟਾ ਵੀ ਲੜਕਾ ਮਰ ਗਿਆ ਪਰ ਨੌਵੀਂ ਕਿਉਂ ਨਹੀਂ ਮਰੀ ਹੁਣ ਤਿੰਨ ਵਾਰੀ ਬੋਲੋ ਨੌਵੀਂ ਕਿਉਂ ਨਹੀਂ ਮਰੀ ਬੋਲੋ ਤੁਹਾਨੂੰ ਬੋਲਣਾ ਪੈਣਾ ਕਿਉਂਕਿ ਤੁਹਾਡੇ ਵਿੱਚ ਇਹ ਆਦਤ ਠੀਕ ਨਹੀਂ ਹੈਗੀ ਚੁੱਪ ਕਰਕੇ ਸੁਣਦੇ ਰਹਿਣਾ ਅਤੇ ਬੋਲਣ ਦੇ ਨਾਲ ਇਹ ਵਚਨ ਸ਼ਬਦ ਲਿਖਿਆ ਜਾਣਾ ਆ ਅਤੇ ਲਿਖਿਆ ਉਦੋਂ ਜਾਣਾ ਜਦੋਂ ਤੇਰੇ ਮੂੰਹ ਵਿੱਚੋਂ ਨਿਕਲਣ ਹੁਣ ਬੋਲੋ ਨੌਵੀਂ ਕਿਉਂ ਨਹੀਂ ਮਰੀ ਉਹ ਕਲਾਮ ਸੁਣਦੀ ਹੁੰਦੀ ਸੀ ਉਹਨੇ ਕਲਾਮ ਸੁਣਨ ਛੱਡਿਆ ਨਹੀਂ ਬੈਤਲ ਹਮ ਤੋਂ ਬੋਲੋ ਮੁਆਦ ਕਿੰਨੀ ਦੂਰ ਸੀ ਸਰੋਤਾ ਸਰੋਤੀ ਸੁਣਦੇ ਹਨ ਸੁਣਨ ਵਾਸਤੇ ਨਵੇਂ ਕੰਨ ਚਾਹੀਦੇ ਹਨ ਨਵੇਂ ਕੰਨ ਜਿਹੜੇ ਰੂਹ ਨਾਲ ਮਸਾ ਕੀਤੇ ਜਾਂਦੇ ਹਨ ਉਹ ਹੁਣ ਨੌਵੀਂ ਮਰੀ ਨਹੀਂ ਕਹਿੰਦੇ ਨੇ ਤੇਰਾ ਪਤੀ ਮਰ ਗਿਆ ਤੇਰੇ ਪੁੱਤਰ ਵੱਡੇ ਦੋਵੇਂ ਮਰ ਗਏ ਤੇ ਤੂੰ ਕਿਉਂ ਨਹੀਂ ਮਰੀ ਕਹਿੰਦੀ ਮੈਨੂੰ ਉਸ ਬਚਨ ਨੇ ਜ਼ਿੰਦਾ ਰੱਖਿਆ ਜਿਹੜਾ ਮੈਂ ਸੁਣਦੀ ਰਹਿੰਦੀ ਅੱਛਾ ਫਿਰ ਨੌਵੀਂ ਨੇ ਕਿਹਾ ਕਿ ਹੇ ਧੀਓ ਨੌਵਾਂ ਨਹੀਂ ਕਿਹਾ ਤੇ ਤੁਸੀਂ ਨੌਵਾਂ ਕਹਿੰਦੇ ਹੋ ਨਾ ਨੌ ਬੋਲੋ ਜਿੱਦਣ ਨੌਵਾਂ ਕਹਿਣਾ ਛੱਡ ਦਿੱਤਾ ਲੜਾਈ ਮੁੱਕ ਜਾਣੀ ਹੈ ਲੜਾਈ ਉਹਨਾਂ ਚਿਰ ਰਹਿਣੀ ਹੈ ਜਿਹੜੇ ਜੇ ਤੂੰ ਸੱਸ ਹੋਵੇਗੀ ਤੇ ਉਹ ਤੇਰੀ ਬਹੂ ਨੌਂ ਹੋਵੇਗੀ ਤੇ ਜਿੱਦਣ ਮਾਂ ਬਣ ਗਈ ਤੇ ਬੇਟੀ ਬਣ ਗਈ ਲੜਾਈ ਬੋਲੋ ਵੀ ਜ਼ੋਰ ਸੇ ਹੁਣ ਉਹ ਕਹਿੰਦੀ ਹੈ ਧੀਓ ਆਪਣੇ ਆਪਣੇ ਪੇਕਿਆਂ ਦੇ ਚਲੀਆਂ ਜਾਓ ਵਾਪਸ ਚਲੀਆਂ ਜਾਓ ਕਿਉਂਕਿ ਮੈਂ ਸੁਣਿਆ ਆ ਵਚਨ ਤੇ ਹੁਣ ਮੈਂ ਵਚਨ ਸੁਣ ਕੇ ਬੈਤਲ ਹਮ ਵਿੱਚ ਜਾ ਰਹੀ ਹਾਂ ਜਦੋਂ ਮੈਂ ਆਈ ਸੀ ਉਦੋਂ ਮੈਂ ਭਰੀ ਭਰੋਤੀ ਆਈ ਸੀ ਹੁਣ ਮੈਂ ਜਦੋਂ ਚੱਲੀ ਹਾਂ ਤੇ ਖਾਲੀ ਹੋ ਕੇ ਚੱਲੀ ਹਾਂ ਤੇ ਫਿਰ ਕਹਿੰਦੀ ਆ ਖਾਲੀ ਬੇਸ਼ੱਕ ਮੈਂ ਹੋ ਕੇ ਚੱਲੀ ਹਾਂ ਤੇ ਜਦੋਂ ਬੈਤਲ ਹਮ ਪਹੁੰਚਾਂਗੀ ਤੇ ਫਿਰ ਮੈਂ ਭਰਪੂਰੀ ਵਿੱਚ ਭਰਪੂਰ ਹੋਵਾਂਗੀ ਸੁਣ ਰਹੇ ਹੋ ਠੀਕ ਹੈ ਹੁਣ ਇੱਕ ਕਹਿੰਦੀ ਆ
ਇਹ ਪਹਿਲੀ ਗੱਲ ਆ ਰੋਟੀ ਦੀ ਕਿ ਤੂੰ ਕਿਹਨੂੰ ਪਿਆਰ ਜ਼ਿਆਦਾ ਕਰਦਾ, ਰੋਟੀ ਨੂੰ ਜਾਂ ਖੁਦਾ ਬਾਪ ਨੂੰ। ਉਹਨੇ ਕਿਹਾ ਸੀ ਮੈਂ ਖੁਦਾ ਨੂੰ ਜ਼ਿਆਦਾ ਪਿਆਰ ਕਰਦਾ, ਰੋਟੀ ਨੂੰ ਨਹੀਂ। ਅਤੇ ਫਿਰ ਕਿਹਾ ਸੀ ਜੇ ਤੂੰ ਖੁਦਾ ਨੂੰ ਪਿਆਰ ਕਰਦਾ ਨਾ ਤਾਂ ਤੈਨੂੰ ਇੱਕ ਕੰਮ ਦਿੱਤਾ ਜਾਂਦਾ ਹੈ, ਅਤੇ ਕੰਮ ਦਿੱਤਾ ਜਾਂਦਾ, ਨੌਕਰੀ ਦਿੱਤੀ ਜਾਂਦੀ ਹੈ। ਇਹ ਨੌਵੀਂ ਮੇਰੇ ਕੋਲ ਆਈ ਨਹੀਂ ਉਹ ਜਿਹੜੀ ਨਿਮੋ ਖਲੋ ਕੇ ਦੱਸ ਜਲਦੀ, ਕਿੰਨੇ ਸਾਲਾਂ ਬਾਅਦ ਕੰਮ ਮਿਲਿਆ? 8 ਸਾਲ ਬਾਅਦ ਇਹਦੇ ਪਤੀ ਨੂੰ ਕੰਮ ਮਿਲਿਆ। ਇਹ ਲੜਕੀ ਕਰਦੀ ਆ ਦੁਆ, ਅਤੇ ਇਹਦੇ ਘਰ ਨੂੰ ਤਾਲਾ ਲੱਗਿਆ ਸੀ। ਅੱਜ ਇੱਕ ਨੇ ਕਿਹਾ ਅੱਜ ਕਿ ਮੇਰੇ ਸਿਰ 'ਤੇ ਕਰਜ਼ਾ ਬੜਾ ਸੀ, ਇਸ ਕਨਵੈਨਸ਼ਨ 'ਚ ਮੈਂ ਗਿਆ ਸੀ ਕਿ ਖੁਦਾ ਮੇਰਾ ਕਰਜ਼ਾ ਉਤਾਰ ਦੇ, ਅਤੇ ਕਹਿੰਦੇ 15 ਮਿੰਟਾਂ ਦੇ ਵਿੱਚ ਵਿੱਚ ਪੈਸੇ ਕਿੱਥੋਂ ਆ ਗਏ ਪਤਾ ਹੀ ਨਹੀਂ, ਅਤੇ ਸਾਰਾ ਕਰਜ਼ ਉਤਰ ਗਿਆ। ਇਹਨੇ 8 ਲੱਖ ਕਿਸੇ ਦਾ ਦੇਣਾ ਸੀ, ਲਿਆ ਸੀ 3 ਲੱਖ, ਵਿਆਜ ਪਾ ਪਾ ਕੇ 8 ਲੱਖ ਹੋ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਮਕਾਨ ਨੂੰ ਤਾਲਾ ਲਾਉਣਾ ਹੈ। ਇਹ ਤਾਲਾ ਲਾਉਣ ਲੱਗੇ ਜਾਂ ਲਾ ਲਿਆ, ਅਤੇ ਫਿਰ ਇਹ ਦੋਨਾਂ ਜੀਆਂ ਨੇ ਫੋਨ ਕੀਤਾ ਵੀ ਅਸੀਂ ਕੀ ਕਰਾਂਗੇ, ਤਾਲਾ ਲੱਗ ਜਾਣਾ। ਮੈਂ ਕਿਹਾ ਫਿਕਰ ਨਾ ਕਰੋ, ਬੋਲੋ ਜਿੱਥੇ ਖੁਦਾ ਹੋਵੇ ਉੱਥੇ, ਜ਼ੋਰ ਸੇ ਬੋਲਿਆ ਕਰੋ, ਜ਼ੋਰ ਸੇ ਬੋਲੋ। ਇਹਨੂੰ ਕਿਹਾ ਖੁਦਾ ਤੇਰੀ ਦੁਆ ਦੇ ਵਸੀਲੇ ਤੁਹਾਡੇ ਘਰ ਵਿੱਚ ਹੈ, ਤੁਹਾਡੇ ਘਰ ਨੂੰ ਕੋਈ ਵੀ ਨਹੀਂ ਉਹਦਾ ਮਾਲਕ ਬਣ ਸਕਦਾ। ਹੁਣ ਇਹਨਾਂ ਨੂੰ ਪੁੱਛੋ 8 ਲੱਖ ਰੁਪਈਏ ਵਿੱਚੋਂ ਤੁਸੀਂ ਵਾਪਸ ਕਿੰਨਾ ਦਿੱਤਾ ਸੀ? 1 ਪੈਸਾ ਵੀ ਨਹੀਂ ਦਿੱਤਾ, 8 ਦਾ 8 ਹੀ ਮਾਫ ਹੋ ਗਿਆ। ਮੇਰਾ ਮਾਫ ਨਹੀਂ ਹੋਇਆ, ਜਿਨ੍ਹਾਂ ਨੇ ਕੀਤਾ ਉਹਨਾਂ ਕਿਹਾ ਸਾਡੇ ਵਾਸਤੇ ਦੁਆ ਵੀ ਕਰਿਓ। ਅਤੇ ਹੁਣ 8 ਸਾਲ ਬਾਅਦ ਇਹਦੇ ਘਰ ਵਾਲੇ ਨੂੰ ਕੰਮ ਮਿਲਿਆ ਹੈ। ਇਹ ਤੁਹਾਡੇ ਪਾਪੇ ਦੇ ਸਹੁਰੇ ਕਿੱਥੇ? ਜਿਹੜੇ ਵਜ਼ੀਰ ਚੱਕ ਵਾਲੇ ਹੈਗੇ ਨੇ, ਕੋਈ ਆਇਆ ਨਹੀਂ ਅੱਜ ਵਜ਼ੀਰ ਚੱਕ ਤੋਂ? ਅੱਛਾ, ਭਾਈ ਦਹਿਤ ਸੀ ਨਾ ਆ, ਅਤੇ ਭਾਈ ਦਹਿਤ ਅਲੱਗ ਲੱਗਦਾ ਸੀ, ਮਾਮੂ ਜੀ ਲੱਗਦੇ ਸੀ। ਇਹ ਉਹ ਕੁੜੀ ਆ, ਮੈਂ ਤਾਂ ਕਿਹਾ ਵਾ ਉਹ ਭਾਈ ਦਹਿਤ ਦਾ ਬੇਟਾ ਵੀ ਖੜਾ ਬੈਠ ਜਾਓ। ਮੈਂ ਤਾਂ ਕਿਹਾ ਸਕਿੱਟਾਂ ਨਹੀਂ ਬਣਾਈਆਂ, ਇਹ ਸਕਿੱਟਾਂ ਨਹੀਂ ਆ, ਇਹ ਹਕੀਕਤਾਂ ਨੇ। ਹੁਣ ਇਹਨੂੰ ਇਹਦੇ ਘਰ ਵਾਲੇ ਨੂੰ ਕੰਮ ਮਿਲਿਆ, ਅਤੇ ਇਹਨੂੰ ਹੁਣ ਪੁੱਛਣੇ ਆ ਵੀ ਹੁਣ ਤੁਸੀਂ ਕੀ ਸਿਸਟਮ ਰੱਖਿਆ? ਹੁਣ ਗੱਲਾਂ ਇਹਨੇ ਲਾ ਦਿੱਤਾ ਵਾ 10ਵੇਂ ਹਿੱਸੇ ਦਾ, ਫਿਰ ਕੀ ਕਰਨਾ? ਕਿਹਨੂੰ? ਜੀਜਾ ਨੇ ਪੁੱਛ ਲਓ, ਰੱਖ ਲਏਗੀ ਸਭ ਤੋਂ ਜ਼ਿਆਦਾ ਚਾਬੀਆਂ ਜੀਜਾ ਕੋਲ ਨੇ। ਚੱਲ ਦੇ ਦੀ, ਅਤੇ ਬਹਿ ਜਾਓ, ਫਿਰ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਜ਼ੀਜ਼ੋ। ਤੇਰੇ ਪੈਰਾਂ ਵਿੱਚ ਕੱਪੜੇ ਦੇ ਬੂਟ, ਉਹ ਵੀ ਟਾਕੀਆਂ ਲੱਗੀਆਂ ਹੋਈਆਂ, ਅਤੇ ਇੱਕ ਆਦਮੀ ਨੇ ਕਿਹਾ ਸੀ
ਜੇ ਤੁਹਾਨੂੰ ਅਸੀਂ ਚੌਲ ਨਾ ਦੇਈਏ, ਆਟਾ ਨਾ ਦੇਈਏ, ਤਾਂ ਤੁਹਾਡਾ ਟੱਬਰ ਭੁੱਖਾ ਮਰ ਜਾਏ। ਮੈਂ ਕਿਹਾ ਵੀ ਮਰ ਨਹੀਂ ਸਕਦਾ। ਬੋਲੋ ਕਿਉਂ? ਕਿਉਂ ਭੁੱਖਾ ਮਰਦਾ? ਤਾਂ ਉਹ ਮੁਆਬ ਵਿੱਚ ਚਲੇ ਗਿਆ ਸੀ। ਹੁਣ ਤੁਹਾਡੀਆਂ ਅੱਖਾਂ ਮੈਨੂੰ ਬੈਤਲ ਹਮ ਵਿੱਚ ਦੇਖਦੀਆਂ ਨੇ ਕਿ ਮੁਆਬ ਵਿੱਚ? ਹਾਲੇਲੂਇਆ। ਇਸ ਵਾਸਤੇ ਜਿਹੜਾ ਅਸੀਂ ਕਿਸੇ ਨੂੰ ਵੀ ਖੜ੍ਹਾ ਕਰਕੇ ਕਹਿ ਦਿੰਦੇ ਹਾਂ, ਤਾਂ ਉਹਦਾ ਮਤਲਬ ਇਸ ਨੂੰ ਕਿਹਾ ਆ ਕਿ ਇਹਨਾਂ ਨੇ 800,000 ਮਕਾਨ ਗਹਿਣੇ ਵਿੱਚ ਸੀ, ਅਤੇ ਉਹਨਾਂ ਨੇ ਮਕਾਨ ਮੱਲਣਾ ਸੀ, ਅਤੇ ਦੁਆ ਕੀਤੀ ਅਤੇ 8,00,000 ਮਾਫ ਹੋ ਗਿਆ। ਹੈ ਤਾਂ ਇਹਨਾਂ ਦੀ ਬੇਇੱਜ਼ਤੀ ਆ ਨਾ, ਨਹੀਂ ਬੇਇੱਜ਼ਤੀ? ਨਹੀਂ ਬੇਇੱਜ਼ਤੀ ਆ ਵੀ ਪਹਿਲਾਂ ਇਹ ਕਰਜ਼ਾਈ ਸੀਗੇ ਅਤੇ ਖੁਦਾ ਨੇ 800,000 ਮਾਫ ਕਰਤਾ, ਹੁਣ ਨਹੀਂ ਸੀ ਮਿਲੀ ਨੌਕਰੀ, ਅਤੇ 8 ਸਾਲ ਦੇ ਬਾਅਦ ਨੌਕਰੀ ਮਿਲੀ, ਅਤੇ ਹੈ ਤਾਂ ਬੇਇੱਜ਼ਤੀ ਵਾਲੀ ਗੱਲ ਹੀ ਆ ਨਾ। ਮੈਨੂੰ ਕੋਈ ਪੁੱਛੇ ਮੇਰੇ ਤੋਂ ਗੰਦਾ ਸੀ ਕੋਈ ਨਹੀਂ, ਹੁਣ ਕਹਿੰਦੇ ਹੋ ਨਾ ਤੁਸੀਂ ਵੀ ਸਾਡੇ ਮੁੰਡੇ ਨੂੰ ਨਾ ਕੋਈ ਕਵੇ ਨਿਕੰਮਾ, ਅਤੇ ਕੀ ਕਹਿ ਕਰੀਏ? ਰੁਸਣ ਦੇ ਬਹਾਨੇ ਤਾਂ ਬਹੁਤ ਹੁੰਦੇ ਨੇ, ਪਰ ਚੱਜ ਨਾਲ ਰੁਸਣਾ ਚਾਹੀਦਾ। ਬੋਲੋ, ਰੁਸਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉੱਚੀ ਬੋਲੋ, ਉੱਚੀ ਰੁਸਣ ਦੀ ਵੀ ਜਾਂਚ ਹੋਣੀ ਚਾਹੀਦੀ ਆ। ਆਹ ਤਾਂ ਐਵੇਂ ਨਹੀਂ ਰੁੱਸੀਦਾ, ਰੁਸਣ ਦੀ ਵੀ ਜਾਂਚ ਸਿੱਖਣੀ ਪੈਂਦੀ ਹੈ। ਹੁਣ ਕਹਿੰਦੀ ਆ ਰੂਤ ਵੀ ਮੈਂ ਨਹੀਂ ਵਾਪਸ ਜਾਣਾ, ਵੱਡੀ ਬਹੂ ਚਲੇ ਗਈ ਆ ਪਰ ਮੈਂ ਨਹੀਂ ਜਾਣਾ। ਉਸਨੇ ਕਿਹਾ ਤੂੰ, ਤੈਨੂੰ ਜਾਣਾ ਚਾਹੀਦਾ ਆਪਣੇ ਪੇਕੇ। ਕਹਿੰਦੀ ਕਿਉਂ? ਕਹਿੰਦੀ ਮੇਰੇ ਕੋਲ ਕੋਈ ਪੁੱਤਰ ਨਹੀਂ ਜਿਹਦੇ ਜਵਾਨ ਹੋਣ ਤੱਕ ਤੂੰ ਸ਼ਾਦੀ ਲਈ ਇੰਤਜ਼ਾਰ ਕਰੇ। ਉਸਨੇ ਕਿਹਾ, ਬੋਲੋ, ਜਿਹਦੇ ਕੋਲ ਨੌਮੀ ਹੋਵੇ ਉਹਨਾਂ ਨੂੰ ਸ਼ਾਦੀਆਂ ਦੀ ਵੀ ਜ਼ਰੂਰਤ ਨਹੀਂ ਹੁੰਦੀ। ਅੱਛਾ, ਕਹਿੰਦੀ ਮੇਰੇ ਕੋਲ ਘਰ ਮਕਾਨ ਵੀ ਹੈ ਨਹੀਂ। ਕਹਿੰਦੀ ਨੌਮੀ ਹੋਣੀ ਚਾਹੀਦੀ ਆ, ਘਰ ਮਕਾਨਾਂ ਬਿਲਡਿੰਗਾਂ ਨੂੰ ਕੀ ਕਰਨਾ? ਸਾਰੀਆਂ ਬਿਲਡਿੰਗਾਂ ਤਾਂ ਇੱਕ ਦਿਨ ਢੱਠ ਜਾਣੀਆਂ ਨੇ, ਪੁਰਾਣੀ ਜ਼ਮੀਨ ਹੀ ਚਲੇ ਜਾਣੀ ਹੈ, ਬਿਲਡਿੰਗਾਂ ਕਿੱਥੇ ਰਹਿਣੀ? ਫਿਰ ਕਹਿੰਦੀ ਕਿ ਫਿਰ ਕਹਿੰਦੀ ਬਸ ਮੈਂ ਤੇਰੇ ਨਾਲ ਰਹਿਣਾ। ਹੁਣ ਬੋਲੋ, ਉਸਨੇ ਇਕਰਾਰ ਕੀਤਾ, ਜ਼ੋਰ ਸੇ, ਜਿੱਥੇ ਤੂੰ ਰਵੇਂਗੀ ਉੱਥੇ ਮੈਂ ਰਵਾਂਗੀ, ਜਿੱਥੇ ਤੂੰ ਰਵੇਂਗੀ ਉੱਥੇ ਮੈਂ ਰਵਾਂਗੀ। ਪਹਿਲੀ ਗੱਲ ਸੱਚ ਸੱਚ ਦੱਸੋ, ਜਿੱਥੇ ਤੁਹਾਡਾ ਯਸੂ ਨਹੀਂ ਹੁੰਦਾ ਉੱਥੇ ਵਿਆਹਾਂ ਸ਼ਾਦੀਆਂ ਵਿੱਚ ਭੰਗੜੇ ਪਾਉਣ ਚਲੇ ਜਾਂਦੇ ਹੋ ਕਿ ਨਹੀਂ? ਡੀਜੇ ਸੁਣਨ ਇਹ ਗੱਲ ਕਹਿਣੀ ਸੌਖੀ ਹੈ ਪਰ ਮੰਨ ਲੈਣੀ ਔਖੀ। ਫਿਰ ਉਸਨੇ ਕਿਹਾ, ਜਿਹੜੇ ਤੇਰੇ ਲੋਕ ਹੋਣਗੇ ਉਹ ਹੀ ਮੇਰੇ ਲੋਕ ਹੋਣਗੇ, ਜਿਹੜੇ ਤੇਰੇ ਲੋਕ ਹੋਣਗੇ ਉਹੀ ਮੇਰੇ ਲੋਕ ਹੋਣਗੇ।
ਕਹਿੰਦੀ ਜਿੱਥੇ ਤੂੰ ਮਰੇਂਗੀ ਮੈਂ ਵੀ ਉੱਥੇ ਹੀ ਮਰਾਂਗੀ, ਕਿਉਂਕਿ ਬੋਲੋ ਬਹੁਤ ਲੋਕ ਕਰੋੜਾਂ ਲੋਕ ਜਿਨ੍ਹਾਂ ਨੂੰ ਮਰਨ ਦੀ ਜਾਂਚ ਨਹੀਂ, ਜਿਨ੍ਹਾਂ ਨੂੰ ਮਰਨ ਦੀ ਜਾਂਚ ਨਹੀਂ ਉਹਨਾਂ ਨੂੰ ਜੀਵਨ ਦੀ ਵੀ ਨਹੀਂ ਜਾਂਚ। ਕਹਿੰਦੇ ਕਿੱਥੇ ਮਰਨਾ ਚਾਹੀਦਾ ਹੈ? ਸਾਰੇ ਬੋਲੋ ਬੋਲੋ, ਜੇ ਤੇ ਮਰਨ ਨੂੰ ਜੀ ਕਰਦਾ ਤਾਂ ਤੁਹਾਨੂੰ ਦੱਸੋ, ਬੋਲੋ ਪੁੱਛੋ। ਲਿਖਿਆ ਮੁਬਾਰਕ ਹੈ ਵੋ ਮੁਰਦੇ ਜੋ ਅਬ ਸੇ ਮਸੀਹ ਯਸੂ ਮੇ ਮਰਤੇ ਹੈ। ਦੁਨੀਆਂ ਦੀ ਨਜ਼ਰ ਵਿੱਚ ਮਰੇ ਹੁੰਦੇ ਹਨ, ਪਰ ਉਹਨਾਂ ਦੇ ਕੋਲ ਹੀ ਹਮੇਸ਼ਾ ਦੀ ਜ਼ਿੰਦਗੀ ਹੁੰਦੀ ਹੈ। ਸਮਝ ਗਏ? ਠੀਕ ਹੈ। ਹੁਣ ਉਸਨੇ ਕਿਹਾ ਜਿੱਥੇ ਤੇਰਾ ਦਫ਼ਨ ਹੋਵੇਗਾ ਉੱਥੇ ਮੇਰਾ ਵੀ ਹੋਵੇਗਾ। ਉੱਥੋਂ ਤੱਕ ਉਹਨੇ ਇਕਰਾਰ ਕੀਤਾ। ਇੱਕ ਅਸੀਂ ਗਜ਼ਲ ਲਿਖੀ ਸੀ ਮੈਂ ਅਤੇ ਅਜ਼ੀਜ਼ਾਂ ਨੇ, ਅਤੇ ਕਿਸੇ ਦਿਨ ਤੁਹਾਨੂੰ ਸੁਣਾਉਣੀ ਹੈ। ਹੌਲੀ ਹੌਲੀ ਗਾਇਓ, ਨਾ ਨਹੀਂ ਮੈਕ ਫੜਾ ਦੇ। ਅੱਛਾ ਅੱਛਾ, ਰਹਿਣ ਦੇ ਚੱਲ ਇੱਦਾਂ ਹੀ ਗਾ ਦਿਓ। ਧੀਏ ਘਰ ਜਾ ਆਪਣੇ, ਚਲੋ ਉਹ ਭਜਨ ਹੀ ਇੱਥੇ ਨਾ ਰੋਣ ਰਾਣ ਵੀ ਆ ਜਾਂਦਾ ਉਹਦੇ 'ਚ, ਤਾਂ ਕਰਕੇ ਹੁਣ ਇੱਥੋਂ ਤੱਕ ਉਹਨੇ ਫੈਸਲਾ ਕੀਤਾ। ਇਹ ਹੈ ਪਤਰਸ ਦਾ ਜਵਾਬ, ਰੋਟੀ ਨੂੰ ਨਹੀਂ ਨੌਮੀ ਨੂੰ ਪਿਆਰ ਕਰੂੰਗਾ, ਖੁਦਾ ਨੂੰ ਪਿਆਰ ਕਰੂੰਗਾ। ਇਹ ਸੀ ਪਹਿਲਾ। ਦੂਸਰਾ ਸੀ ਯਸੂ ਮਸੀਹ ਨਾਲ ਪਿਆਰ ਕਰਦਾ ਆ। ਬੋਲੋ ਚਾਰ ਵਾਰੀ ਕਹੋ, ਇਹ ਤੁਸੀਂ ਫਾਰਮੈਲਿਟੀ ਪੂਰੀ ਕਰਨ ਰਹੇ ਹੋ। ਸੋਚ ਕੇ ਦੱਸੋ ਤੇ ਇਮਾਨ ਦੇ ਨਾਲ ਕਹੋ, ਇਮਾਨ ਨਾਲ ਕਹੋ ਕਿ ਯਸੂ ਨੂੰ ਪਿਆਰ ਕਰਦੇ ਹੋ। ਜ਼ੋਰ ਸੇ ਬੋਲੋ, ਯਸੂ ਜੈਸਾ ਪਿਆਰ ਨਾ ਕੋਈ ਕਰਦਾ ਸੀ ਨਾ ਕੋਈ ਕਰਦਾ ਹੈ ਤੇ ਨਾ ਕੋਈ ਕਰ ਸਕਦਾ ਹੈ। ਯਸੂ ਮਸੀਹ ਨੇ ਕਿਹਾ ਆਪਣੀ ਦੁਲਹਨ ਨੂੰ, ਯਸੂ ਮਸੀਹ ਨੇ ਕਿਹਾ ਆਪਣੀ ਦੁਲਹਨ ਨੂੰ, ਉਸਨੇ ਕਿਹਾ ਜਦੋਂ ਤੂੰ ਭੁੱਖੀ ਸੀ ਮੈਂ ਵੀ ਤੇਰੇ ਨਾਲ ਭੁੱਖਾ ਸੀ, ਜਦੋਂ ਤੂੰ ਪਿਆਸੀ ਸੀ ਮੈਂ ਵੀ ਤੇਰੇ ਨਾਲ, ਜਦੋਂ ਤੂੰ ਰੋਗੀ ਸੀ ਮੈਂ ਵੀ ਤੇਰੇ ਨਾਲ ਰੋਗੀ ਸੀ, ਜਦੋਂ ਤੂੰ ਦੁਖੀ ਸੀ ਮੈਂ ਵੀ ਤੇਰੇ ਨਾਲ ਦੁਖੀ ਸੀ,
ਜਦੋਂ ਤੈਨੂੰ ਦਰਦ ਹੋਇਆ ਸੀ ਉਦੋਂ ਮੈਨੂੰ ਵੀ ਤੇਰੇ ਨਾਲ ਬਰਾਬਰ ਦਰਦ ਹੋਇਆ ਸੀ। ਦੱਸੋ ਹੱਥ ਖੜਾ ਕਰਕੇ, ਕਦੀ ਕੋਈ ਪਤਨੀ ਕਹਿ ਦੇਵੇ ਕਿ ਜਦੋਂ ਮੈਨੂੰ ਦਰਦ ਲੱਗੇ ਸੀ ਮੇਰੇ ਘਰ ਵਾਲੇ ਨੂੰ ਵੀ ਦਰਦ ਲੱਗੇ ਸੀ, ਜਾਂ ਕੋਈ ਵੀ ਬੰਦਾ ਕਹਿ ਦੇ ਕਿ ਜਦੋਂ ਮੈਨੂੰ ਦਰਦ ਲੱਗੇ ਸੀ ਮੇਰੇ ਭਾਪੇ ਨੂੰ ਵੀ ਦਰਦ ਹੁੰਦਾ ਸੀ। ਕਹਿ ਕੇ ਦੱਸੋ, ਉਹ ਜੇ ਹਿੰਮਤ ਰਹਿ ਗਿਆ ਸੱਚ ਬੋਲ ਕੇ ਦੱਸੋ। ਜੇ ਤੁਹਾਡੇ ਵਿੱਚ ਹਿੰਮਤ ਹੈਗੀ ਆ ਹਿੰਮਤ, ਤੇ ਸੱਚ ਬੋਲ ਕੇ ਵਿਖਾਓ। ਯਸੂ ਮਸੀਹ ਨੇ ਕਿਹਾ ਪਿਤਾ, ਇਹਨਾਂ ਨੂੰ ਨਹੀਂ ਸਜ਼ਾ ਦੇਣੀ। ਵੋ ਸਬਰ ਕੀ ਕਹਿ ਰਹਾ ਆਏ ਪਰਵਰਦਿਗਾ ਆਏ ਬਾਪ ਇਨਹੇ ਤੂੰ ਮਾਫ ਕਰ ਆਏ ਬਾਪ ਇਨਹੇ ਤੂੰ ਮਾਫ ਕਰ ਨਦਾਂ ਹੈ ਨਾ ਦੇ ਸਦਾ। ਹੁਣ ਹੱਥ ਖੜਾ ਕਰੋ ਅਤੇ ਹੱਥ ਉਹ ਖੜਾ ਕਰਿਓ ਜਿਹੜੇ ਯਸੂ ਮਸੀਹ ਨੂੰ ਸੰਗਤ ਨਾਲੋਂ ਜ਼ਿਆਦਾ ਪਿਆਰ ਕਰਦੇ। ਦੱਸੋ ਕਿਉਂ ਨਹੀਂ ਹੱਥ ਖੜਾ ਕਰਦੇ ਕਾਕਾ? ਹੈਲੋ, ਤੂੰ ਹਯਾਤ ਨਗਰ ਆ? ਲੈ ਉਹ ਹਯਾਤ ਨਗਰ ਬੈਠਾ ਕਾਕਾ, ਤੂੰ ਖੜਾ ਹੋ ਕੇ ਦੱਸ, ਇਹ ਤੁਹਾਡਾ ਬੇਟਾ ਅਜੇ ਹਯਾਤ ਨਗਰ 'ਚ ਹੀ ਆ? ਕਹਿ ਉਹਨੂੰ ਫਿਰ। ਇਹ ਤੁਹਾਡਾ ਬੇਟਾ ਹਯਾਤ ਨਗਰ ਜੀ ਆ ਜੇ? ਤਦ ਨਹੀਂ ਇਹ ਕਲਾਮ ਦੀ ਜਿਹਦੀ ਸਮਝ 'ਚ ਹੁੰਦਾ। ਬੈਠ ਜਾਓ, ਕਲਾਮ ਸੁਣੋ, ਬੈਠ ਜਾਓ। ਮੈਂ ਜੋ ਕਿਹਾ ਸੀ ਕੀ ਕਿਹਾ ਸੀ? ਯਸੂ ਮਸੀਹ ਨੂੰ ਪਿਆਰ ਕਰਦੇ ਹੋ? ਯਸੂ ਮਸੀਹ ਨੂੰ ਪਿਆਰ ਕਰਦੇ ਹੋ? ਲੋਕ ਕਹਿੰਦੇ ਇਹਨੂੰ ਹੋਰ ਮਾਰੋ, ਤੁਹਾਡੇ ਰਿਸ਼ਤੇਦਾਰ ਕਹਿੰਦੇ ਇਹਨੂੰ ਹੋਰ ਮਾਰੋ, ਤੁਹਾਡੇ ਪੜੋਸੀ ਕਹਿੰਦੇ ਦਿਸਣਾ ਨਹੀਂ ਚਾਹੀਦਾ, ਤੁਹਾਡੇ ਰਿਸ਼ਤੇਦਾਰ ਕਹਿੰਦੇ ਨੇ ਇਹਨਾਂ ਦਾ ਮਕਾਨ ਕਿਉਂ ਆ, ਤੁਹਾਡੇ ਰਿਸ਼ਤੇਦਾਰ ਕਹਿੰਦੇ ਨੇ ਇਹ ਜਿਉਂਦੇ ਹੀ ਕਿਉਂ ਨੇ? ਹੁਣ ਬੋਲੋ, ਯਸੂ ਨਾਲ ਪਿਆਰ ਕਰਦੇ ਹੋ? ਬੋਲੋ, ਹੱਥ ਖੜਾ ਕਰਕੇ ਦੱਸੋ। ਤੁਮਕੋ ਪਿੰਡ ਵਡਾਲਾ ਨਹੀਂ? ਪੋਮਾ ਵਡਾਲਾ ਤੇਰਾ ਪਿੰਡ ਨਹੀਂ? ਇਹਨੂੰ ਵੀ ਭੁੱਲ ਗਿਆ ਜੇ ਭਾ, ਤੇਰਾ ਪਿੰਡ ਪੋਮਾ ਵਡਾਲਾ ਆ, ਤੇ ਮੈਂ ਪੁੱਛਣਾ ਤੂੰ ਯਸੂ ਨੂੰ ਨਹੀਂ ਪਿਆਰ ਕਰਦਾ? ਤੂੰ ਤੇ ਹੱਥ ਹੀ ਨਹੀਂ ਖੜਾ ਕਰਦਾ,
ਵੀ ਤੇਰੀ ਵੋਟ ਨਾ ਯੱਸੂ ਨੂੰ ਪੈ ਜਾਵੇ। ਦੇਖੋ ਨਾ ਤਾਂ ਤੁਹਾਨੂੰ ਹਸਾ ਰਿਹਾ, ਪਰ ਮੈਂ ਚਾਹੁੰਦਾ ਹਾਂ ਵੀ ਤੁਹਾਨੂੰ ਉੱਥੋਂ ਤੱਕ ਚੋਟ ਲੱਗਣੀ ਚਾਹੀਦੀ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਆਂਸੂ ਹੋਣੇ ਚਾਹੀਦੇ। ਆ ਜਿੰਨੇ ਨੱਚਦੇ ਨੇ ਨਾ ਅਤੇ ਜਿੰਨੀਆਂ ਨੱਚਦੀਆਂ ਨੇ, ਸ਼ਰਤੀਆ ਇਹਨਾਂ ਨੇ ਸਵਰਗ 'ਚ ਨਹੀਂ ਜਾਣਾ, ਸ਼ਰਤੀਆ। ਅੱਜ ਤੋਂ 20-25 ਸਾਲ ਪਹਿਲੇ ਕੋਈ ਨਹੀਂ ਸੀ ਨੱਚਦੀ, ਨਾ ਕੋਈ ਨੱਚਦਾ ਸੀ। ਇਹ ਅਫਰੀਕਾ ਤੋਂ ਤਾਲੀਮ ਆਈ ਆ, ਗਲਤ, 100% ਗਲਤ, 100% ਗਲਤ। ਉਹਨਾਂ ਨੇ ਨੱਚਣਾ ਕੁੜੀਆਂ ਅਤੇ ਮੁੰਡਿਆਂ ਨੂੰ ਲਾ ਦਿੱਤਾ। ਉਹ ਸਵਰਗ 'ਚ ਨਹੀਂ ਜਾ ਸਕਦੇ, ਕਦੀ ਵੀ ਨਹੀਂ ਜਾ ਸਕਦੇ, ਨਾ ਨੱਚਣ ਵਾਲੀ ਨਾ ਨੱਚਣ ਵਾਲਾ। ਰੂਹ ਸੱਚਾਈ ਨਾਲ ਇਬਾਦਤ ਕਰਨੀ ਆ, ਨਾ ਕਿ ਨਾਚ ਰੰਗ ਨਾਲ। ਹੁਣ ਤੁਸੀਂ ਸਮਝ ਗਏ ਹੋ ਕਿ ਯਸੂ ਮਸੀਹ ਨੂੰ ਪਿਆਰ ਕਰਨਾ, ਬੋਲੋ ਤੇ ਹੁਣ ਹੱਥ ਖੜਾ ਕਰਕੇ ਦੱਸੋ ਤੁਸੀਂ ਯਸੂ ਨੂੰ ਪਿਆਰ ਕਰਦੇ ਹੋ ਜਾਂ ਨਹੀਂ, ਹੱਥ ਖੜਾ ਕਰਕੇ ਦੱਸੋ। ਇਹ ਦੂਸਰੀ ਵਾਰੀ ਜਿਹੜਾ ਸਵਾਲ ਆਇਆ ਸੀ ਉਹ ਸੀ ਯਸੂ ਨਾਲ ਪਿਆਰ, ਕਿਉਂਕਿ ਸਵਾਲ ਵੀ ਤਿੰਨ ਨੇ, ਬਾਪ ਬੇਟਾ ਪਾਕ ਰੂਹ ਦੇ ਨਾਮ 'ਚ ਤੁਸੀਂ ਬਪਤਿਸਮਾ ਲਿਆ ਆ। ਪਹਿਲਾ ਸੀਗਾ ਪੁੱਛਿਆ ਰੋਟੀ ਨੂੰ ਜ਼ਿਆਦਾ ਕਿ ਖੁਦਾ ਨੂੰ ਜ਼ਿਆਦਾ, ਫਿਰ ਉਹਨਾਂ ਨੇ ਕਿਹਾ ਨਹੀਂ ਖੁਦਾ ਨੂੰ ਜ਼ਿਆਦਾ, ਫਿਰ ਪੁੱਛਿਆ ਯਸੂ ਨੂੰ ਜ਼ਿਆਦਾ ਜਾਂ ਇਸ ਦੁਨੀਆਂ ਨੂੰ ਜ਼ਿਆਦਾ। ਜਿਸ ਘਰ ਵਿੱਚ ਸੁਣਦੇ ਹੋ, ਜਿਸ ਘਰ ਵਿੱਚ ਯਸੂ ਨੂੰ ਠਹਿਰਨ ਨਾ ਦੇਣ, ਤੇ ਤੁਸੀਂ ਉਸ ਘਰ ਵਿੱਚ ਮਹਿਮਾਨ ਬਣ ਕੇ ਜਾਣਾ ਚਾਹੀਦਾ ਹੈ ਨਾ ਤੁਹਾਨੂੰ? ਉੱਚੀ ਬੋਲੋ, ਥੋੜਾ ਉੱਚੀ ਬੋਲੋ। ਜਿੱਥੇ ਡੀਜੇ ਵੱਜਦੇ ਨੇ ਉੱਥੇ ਯਸੂ ਮਸੀਹ ਹੁੰਦਾ ਆ, ਤੇ ਤੁਸੀਂ ਉੱਥੇ ਕਿਉਂ ਹੁੰਦੇ? ਫਿਰ ਬੋਲੋ, ਜਿੱਥੇ ਸ਼ਰਾਬੀ ਸ਼ਰਾਬ ਪੀਣ ਸ਼ਰਾਬੀਆਂ ਦੀ ਮਹਿਫਲ ਹੋਵੇ ਤੇ ਨਾਚ ਰੰਗ ਹੋਵੇ, ਉੱਥੇ ਯਸੂ ਹੁੰਦਾ ਹੀ ਆ ਨਾ, ਤੇ ਫਿਰ ਤੁਸੀਂ ਉੱਥੇ ਕਿਉਂ ਹੁੰਦੇ ਹੋ? ਹੇ ਯਸੂ ਵਾਲਿਓ, ਤੁਸੀਂ ਕਿਉਂ ਹੁੰਦੇ ਹੋ? ਹੱਥ ਖੜਾ ਕਰੋ ਵੀ ਅਸੀਂ ਸੁਣ ਲਿਆ, ਬਸ ਮੰਨਿਓ ਨਾ ਮੰਨਿਓ ਤੁਹਾਡੇ ਆਪਣੇ 'ਤੇ ਮਨਸਰ ਹੈ। ਹੁਣ ਬਾਈਬਲ ਵਿੱਚ ਲਿਖਿਆ ਕਿ ਦੂਸਰੀ ਵਾਰੀ ਕਿਹਾ ਜੇ ਤੂੰ ਮੈਨੂੰ ਜ਼ਿਆਦਾ ਪਿਆਰ ਕਰਦਾ ਆ, ਇਸ ਦੁਨੀਆ ਨਾਲੋਂ ਮੈਨੂੰ ਜ਼ਿਆਦਾ ਪਿਆਰ ਕਰਦਾ ਆ, ਫਿਰ ਤੂੰ ਮੇਰੀਆਂ ਭੇਡਾਂ ਦੀ ਗੱਲਾਬਾਨੀ ਕਰ, ਨਿਗਾਹਬਾਨੀ ਕਰ, ਨਿਗਾਹਬਾਨੀ ਨਿਗਾਹ ਰੱਖ, ਭੇਡਾਂ ਉੱਤੇ ਨਿਗਾਹ ਰੱਖ, ਨਿਗਾਹ ਤੇਰੀਆਂ ਅੱਖਾਂ ਖੁੱਲੀਆਂ ਰਹਿਣ, ਤੇਰੀਆਂ ਅੱਖਾਂ ਖੁੱਲੀਆਂ ਰਹਿਣ, ਇੱਕ ਇੱਕ ਭੇਡ ਉੱਤੇ ਤੇਰੀ ਨਿਗਾਹ ਰਵੇ। ਹੈ ਹੁਣ ਨੰਬਰ 3, ਤੀਸਰੀ ਵਾਰੀ ਪੁੱਛਿਆ
ਅਤੇ ਪਤਰਸ ਘਬਰਾ ਗਿਆ ਅਤੇ ਡਰ ਗਿਆ। ਉਦੋਂ ਤੀਸਰੀ ਵਕਤ ਕੀ ਸੀ ਉਹਦੇ ਬਰਾਬਰ? ਆਪਣੀ ਜਾਨ ਸੀ। ਬੋਲੋ, ਹੁਣ ਸਵਾਲ ਆ ਵੀ ਪਵਿੱਤਰ ਆਤਮਾ ਨਾਲ ਪਿਆਰ ਕਰਦੇ ਹੋ ਜ਼ਿਆਦਾ ਜਾਂ ਆਪਣੀ ਜਾਨ ਨਾਲ ਪਿਆਰ ਕਰਦੇ ਹੋ? ਜੇ ਤੁਸੀਂ ਪਵਿੱਤਰ ਆਤਮਾ ਨਾਲ ਜ਼ਿਆਦਾ ਪਿਆਰ ਕਰਦੇ ਹੋ ਕਿ ਜਾਂ ਆਪਣੀ ਜਾਨ ਦੇ ਨਾਲ ਪਿਆਰ ਜ਼ਿਆਦਾ ਕਰਦੇ ਹੋ? ਕੀ ਤੁਸੀਂ ਪਾਕ ਰੂਹ ਦੇ ਨਾਲ ਜ਼ਿਆਦਾ ਪਿਆਰ ਕਰਦੇ ਹੋ ਜਾਂ ਆਪਣੀ ਜਾਨ ਦੇ ਨਾਲ ਜ਼ਿਆਦਾ ਪਿਆਰ ਕਰਦੇ ਹੋ? ਕੱਲ੍ਹ ਇੱਕ ਭੈਣ ਜੀ ਨੇ ਦੂਰ ਤੋਂ ਆਏ ਸੀ ਅਤੇ ਉਹਨੇ ਕਿਹਾ, ਜਦੋਂ ਮੈਂ ਦੇਖਿਆ ਤਾਂ ਤਿੰਨ ਫਰਿਸ਼ਤੇ ਮੈਨੂੰ ਨਜ਼ਰ ਆਏ। ਮੈਂ ਕਿਹਾ, ਬੇਟਾ, ਇੱਕ ਇਹ ਬਾਪ ਵਾਲਾ ਫਰਿਸ਼ਤਾ ਸੀ, ਇੱਕ ਯਸੂ ਵਾਲਾ ਫਰਿਸ਼ਤਾ ਅਤੇ ਇੱਕ ਪਾਕ ਰੂਹ ਵਾਲਾ ਫਰਿਸ਼ਤਾ ਸੀ। ਤੁਹਾਨੂੰ ਕਦੀ ਲੱਭੇ ਤਾਂ ਨਹੀਂ? ਫਿਰ ਕਿਆ ਪਵਿੱਤਰ ਆਤਮਾ ਨਾਲ ਪਿਆਰ ਕਰਨਾ? ਬੋਲੋ, ਪਵਿੱਤਰ ਆਤਮਾ ਨਾਲ ਉਹ ਪਿਆਰ ਕਰ ਸਕਦਾ ਹੈ ਜਿਹੜਾ ਆਪਣੀ ਜਾਨ ਤੋਂ ਜ਼ਿਆਦਾ ਉਹਨੂੰ ਪਿਆਰ ਕਰੇਗਾ। ਜਾਨ ਤੋਂ ਜ਼ਿਆਦਾ, ਜ਼ੋਰ ਸੇ ਬੋਲੋ, ਜ਼ੋਰ ਸੇ, ਜ਼ੋਰ ਸੇ, ਗਿਆਨ ਕਾਹਦੇ ਤੋਂ? ਜਾਨ ਤੋਂ ਜ਼ਿਆਦਾ। ਸਾਰੇ ਬੱਚੇ ਬੋਲੋ, ਗਿਆਨ ਜਾਨ ਤੋਂ ਜ਼ਿਆਦਾ, ਜਿਸਮ ਤੋਂ ਜ਼ਿਆਦਾ, ਕਿਉਂਕਿ ਪਾਕ ਰੂਹ ਕੋਲ ਜਿਸਮ ਹੈ ਨਹੀਂ। ਤੁਸੀਂ ਆਪਣਾ ਜਿਸਮ ਦੇਣਾ ਤਾਂ ਕਿ ਪਾਕ ਰੂਹ ਇਸਤੇਮਾਲ ਕਰੇ। ਸੁਣਿਆ? ਠੀਕ ਆ। ਫਿਰ ਉਸਨੇ ਕਿਹਾ, ਪਾਕ ਰੂਹ ਦੇ ਨਾਲ ਪਿਆਰ ਕਰਨਾ ਜ਼ਿਆਦਾ ਰਫਾਕਤ, ਸ਼ਰਾਕਤ, ਰਫਾਕਤ ਅਤੇ ਸ਼ਰਾਕਤ, ਰਫਾਕਤ ਅਤੇ ਸ਼ਰਾਕਤ, ਸ਼ਿਰਕਤ, ਰਫਾਕਤ ਇਹ ਰੱਖਣੀ ਆ। ਬੋਲੋ, ਸਲਾਹ ਜਦੋਂ ਵੀ ਕਰਨੀ ਆ ਪਾਕ ਰੂਹ ਦੇ ਨਾਲ ਰਫਾਕਤ ਰੱਖਣੀ ਆ। ਦਾਊਦ ਬਹੁਤ ਰੋਇਆ, ਕਦੋਂ ਰੋਇਆ? ਉਸਨੇ ਕਿਹਾ, ਆਏ ਖੁਦਾਵੰਦ, ਤਖਤ ਲੈ ਲਾ, ਮੇਰੀ ਜਾਨ ਵੀ ਬੇਸ਼ੱਕ ਲੈ ਲਾ, ਆਪਣਾ ਰੂਹ ਤੋਂ ਮੈਨੂੰ ਅਲੱਗ ਨਾ ਕਰ। ਰੂਹ ਇੰਨਾ ਕੀਮਤੀ ਹੈ, ਨੌਮੀ ਇੰਨੀ ਕੀਮਤੀ ਹੈ, ਪਾਕ ਰੂਹ ਇੰਨਾ ਕੀਮਤੀ ਹੈ। ਇਹ ਸੀ ਤੀਸਰਾ ਸਵਾਲ, ਪਾਕ ਰੂਹ ਨੂੰ ਪਿਆਰ ਕਰਨਾ। ਬੋਲੋ ਬੋਲੋ, ਸ਼ਾਬਾਸ਼, ਸਾਰੇ ਬੱਚੇ ਬੋਲਣਗੇ, ਸਾਰੇ ਬੋਲੋ।
ਜਿਸਮ ਤੋਂ ਜਾਣ ਤੋਂ ਜ਼ਿਆਦਾ, ਜਿਸਮ 'ਤੇ ਜਾਣ ਤੋਂ ਜ਼ਿਆਦਾ, ਜਿਸਮ 'ਤੇ ਜਾਣ ਤੋਂ ਜ਼ਿਆਦਾ ਪਵਿੱਤਰ ਆਤਮਾ ਨਾਲ ਪਿਆਰ ਕਰਨਾ ਹੈ। ਤੇਰੀ ਜਾਨ ਕੀਮਤੀ ਨਹੀਂ, ਪਵਿੱਤਰ ਆਤਮਾ ਕੀਮਤੀ ਹੈ। ਤੇਰਾ ਬਦਨ ਕੀਮਤੀ ਨਹੀਂ। ਇੱਕ ਬਹੁਤ ਬੜਾ ਪਹਿਲਵਾਨ, ਗੁਦਨਾ ਗਾਮਾ ਪਹਿਲਵਾਨ, ਪੁਰਾਣੇ ਸਮੇਂ ਵਿੱਚ ਉਸ ਵਕਤ ਉਹਦੇ ਕੋਲ ਸ਼ਕਤੀ ਇੰਨੀ ਸੀ ਕਿ ਜਦੋਂ ਉਹਨੂੰ ਸਮਝਿਆ ਤਾਂ ਸ਼ੇਰ ਤੋਂ ਜ਼ਿਆਦਾ ਤਾਕਤ ਉਹਦੇ ਵਿੱਚ ਸੀ, ਪਹਿਲਵਾਨ 'ਚ। ਤਾਂ ਜਦੋਂ ਫਿਰ ਉਹ ਪਹਿਲਵਾਨ ਵਿੱਚ ਇੰਨੀ ਸ਼ਕਤੀ, ਇੰਨੀ ਤਾਕਤ, ਅਤੇ ਬਿਮਾਰ ਹੋ ਗਿਆ, ਤਾਕਤ ਖਤਮ ਹੋ ਗਈ, ਚਿਹਰੇ ਉੱਤੇ ਮੱਖੀ ਬੈਠੀ ਸੀ। ਇੱਥੇ ਉਹਨੂੰ ਕਿਹਾ, ਬੜੀ ਤਾਕਤ ਰੱਖਣ ਵਾਲੇ, ਅੱਜ ਮੱਖੀ 'ਤੇ ਉਡਾ ਕੇ ਦੱਸ, ਤੁਹਾਨੂੰ ਉੱਦਣ ਰੋਣ ਆਉਣਾ, ਉੱਦਣ ਤੁਸੀਂ ਰੋਣਾ ਆ ਜਿੱਦਾਂ ਤੁਹਾਨੂੰ ਤੁਸੀਂ ਮੱਖੀ ਵੀ ਨਾ ਉਡਾ ਸਕੇ। ਉੱਦਣ ਰੋਣ ਦਾ ਕੋਈ ਫਾਇਦਾ ਨਹੀਂ। ਹੁਣ ਰੋ ਰੋ ਕੇ ਦੁਆ ਕਰਿਆ ਕਰੋ, ਪਵਿੱਤਰ ਆਤਮਾ ਦੀ ਹਿਦਾਇਤ ਨਾਲ ਦੁਆ ਕਰਿਆ ਕਰੋ, ਤਾਂ ਕਿ ਉਹ ਵਕਤ ਹੀ ਨਾ ਆਏ, ਤੇਰੀ ਤਾਕਤ ਆਖਰੀ ਤੱਕ ਤੇਰੇ ਸਾਥ ਦੇਵੇ। 17 ਵਿੱਚ ਮੈਨੂੰ ਇਹ ਹੋਇਆ ਸੀ ਅਟੈਕ, ਅਤੇ ਖੁਦਾ ਨੇ ਕਿਹਾ, ਇਹ ਤੇਰੀ ਮੌਤ ਵਾਸਤੇ ਨਹੀਂ, ਤੇਰੇ ਕੰਮ ਵਧਾਉਣ ਵਾਸਤੇ ਆ। ਅਤੇ ਮੈਂ ਕਿਹਾ, ਖੁਦਾ ਕੰਮ ਵਧਾਉਣ ਵਾਸਤੇ ਇਸ ਤਰ੍ਹਾਂ? ਕਹਿੰਦੇ ਹਾਂ। ਅਤੇ ਫਿਰ ਤੁਸੀਂ ਆਪੇ ਹੀ ਐਵਰੇਜ ਕੱਢ ਲਓ, ਸੰਤ ਜਾਣਦੇ ਨੇ ਸਾਰੇ ਕਿ ਮੈਂ ਪਹਿਲੇ ਜਿੰਨੇ ਕੰਮ ਕਰਨਾ ਕਿ ਪਹਿਲੇ ਨਾਲੋਂ ਘੱਟ, ਪਹਿਲੇ ਨਾਲੋਂ ਜ਼ਿਆਦਾ। ਅਤੇ ਕਿੰਨਾ ਜ਼ਿਆਦਾ? ਪਹਿਲਾਂ ਦਾ ਤਾਂ ਪਤਾ ਨਹੀਂ, ਪਰ ਹੁਣ ਮੈਂ ਲਗਾਤਾਰ, ਸਰੋਤੇ ਹੋਣੇ ਚਾਹੀਦੇ ਨੇ, ਲਗਾਤਾਰ ਮੈਂ 12 ਘੰਟੇ ਬੋਲ ਸਕਦਾ ਹਾਂ। ਅਤੇ ਤੁਸੀਂ ਅੱਜ ਖੜ੍ਹੇ ਹੋ ਜਾਓ ਸਭ, ਅਤੇ ਖੜ੍ਹੇ ਤਾਂ ਹੋਇਓ ਜੇ ਅੱਜ ਤੁਸੀਂ ਮੰਨਣਾ ਆ। ਤੇ ਬਾਪ ਨੂੰ, ਬੇਟੇ ਨੂੰ, ਰੂਹੁਲ ਕੁਦਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਨਾ। ਜਦੋਂ ਅਸੀਂ ਪਹਿਲਾ ਕਰੰਥੀਓਂ 16 ਬਾਬ ਦੀ ਆਖਰੀ ਆਇਤ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ, ਖੁਦਾ ਵੰਦ ਯਿਸੂ ਮਸੀਹ ਦਾ ਫਜ਼ਲ, ਇਹਦੇ ਤੋਂ ਬਗੈਰ ਤੇਰੀ ਜ਼ਿੰਦਗੀ ਅਧੂਰੀ। ਖੁਦਾ ਬਾਪ ਦੀ ਮੁਹੱਬਤ, ਖੁਦਾ ਦੀ ਮੁਹੱਬਤ ਤੋਂ ਬਗੈਰ ਤੇਰੀ ਜ਼ਿੰਦਗੀ ਫਜ਼ੂਲ ਅਤੇ ਅਧੂਰੀ ਹੈ। ਰੂਹੁਲ ਕੁਦਸ ਦੀ ਰਫਾਕਤ ਅਤੇ ਸ਼ਰਾਕਤ, ਉਹਦੇ ਤੋਂ ਬਗੈਰ ਤੇਰੀ ਜ਼ਿੰਦਗੀ ਬਿਲਕੁਲ ਬੇਕਾਰ ਹੈ। ਤਾਂ ਕਰਕੇ ਪੌਲੁਸ ਨੇ ਕਿਹਾ, ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਰੂਹੁਲ ਕੁਦਸ ਦੀ ਰਫਾਕਤ ਔਰ ਸ਼ਰਾਕਤ, ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ,
ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਇੱਕ ਇੱਕ ਇਮਾਨਦਾਰ ਅਤੇ ਮੁਕੱਦਸ ਅਤੇ ਸੰਤ ਉੱਤੇ ਹੁੰਦੀ ਰਹੇ। ਆਮੀਨ ਆਮੀਨ। ਜਦੋਂ ਤੁਸੀਂ ਪਿਆਰ ਰੱਖੋਗੇ ਨਾ ਐਸਾ, ਹੁਣ ਦੱਸੋ ਪਤਰਸ ਨੂੰ ਕਿੰਨੀ ਵਾਰੀ ਪੁੱਛਿਆ? ਬਾਪ ਵਾਸਤੇ ਪੁੱਛਿਆ ਗਿਆ, ਬੇਟੇ ਵਾਸਤੇ ਪੁੱਛਿਆ ਗਿਆ, ਪਾਕ ਨੂੰ ਵਾਸਤੇ ਪੁੱਛਿਆ ਗਿਆ। ਜਿਨ੍ਹਾਂ ਨੂੰ ਸਮਝ ਵਿੱਚ ਆ ਗਿਆ ਤਾਂ ਹੱਥ ਖੜਾ ਕਰੋ। ਹਾਲੇਲੂਇਆ। ਹੁਣ ਤੁਸੀਂ ਉਹਦੀ ਕੁਦਰਤ ਨੂੰ ਵੇਖਣਾ ਆ, ਪਵਿੱਤਰ ਆਤਮਾ ਦੀ ਕੁਦਰਤ ਨੂੰ ਵੇਖਣਾ। ਕੁਦਰਤ ਨੂੰ ਤੁਸੀਂ ਵੇਖਣਾ ਹੈ ਕਿਵੇਂ? ਪਹਿਲੇ ਅੱਜ ਮਾਫ਼ੀ ਮੰਗਣੀ ਹੈ ਖੁਦਾ ਦੇ ਹਜ਼ੂਰ, ਆਪਣੇ ਦਿਲ ਤੋਂ। ਆਏ ਖੁਦਾਵੰਦ, ਅਗਰ ਮੈਂ ਖੁਦਾ ਨਾਲ ਜ਼ਿਆਦਾ ਪਿਆਰ ਨਹੀਂ ਕੀਤਾ ਅਤੇ ਰੋਟੀ ਨਾਲ ਜ਼ਿਆਦਾ ਕੀਤਾ, ਮੈਨੂੰ ਮਾਫ਼ ਕੀਤਾ ਜਾਏ। ਅਗਰ ਮੈਂ ਤੇਰੇ ਨਾਲ ਪਿਆਰ ਨਹੀਂ ਕੀਤਾ ਅਤੇ ਦੁਨੀਆ ਨਾਲ ਜ਼ਿਆਦਾ ਪਿਆਰ ਕੀਤਾ ਤਾਂ ਮੈਨੂੰ ਮਾਫ਼ ਕਰ ਦਿੱਤਾ ਜਾਏ। ਅਗਰ ਮੈਂ ਆਪਣੇ ਤਨ ਜਿਸਮ ਤੋਂ, ਜਾਨ ਤੋਂ, ਰੂਹ ਤੋਂ ਜ਼ਿਆਦਾ ਪਿਆਰ ਜੇ ਮੈਂ ਰੂਹ ਕੁਦਸ ਨਾਲ ਨਹੀਂ ਕੀਤਾ ਤਾਂ ਮੈਨੂੰ ਮਾਫ਼ ਕਰ ਦਿੱਤਾ ਜਾਏ। ਮਾਫ਼ੀ ਮੰਗਣ ਤੋਂ ਬਾਅਦ ਇਹ ਛੋਟੀ ਜਿਹੀ ਦੁਆ ਕਰੋ ਤਾਲੀ ਵਜਾ ਕੇ। ਰੂਹ ਦੇ ਖੁਦਾਵੰਦ, ਰੂਹ ਦੇ ਤੁਸੀਂ ਮਸੀਹ ਦਾ ਰੂਹ ਚਾਹੁੰਦੇ ਹੋ ਕਿ ਦੁਨੀਆ ਦਾ ਰੂਹ ਚਾਹੁੰਦੇ ਹੋ ਕਿ ਰਿਸ਼ਤੇਦਾਰ ਦਾ ਰੂਹ ਚਾਹੁੰਦੇ ਹੋ ਕਿ ਸ਼ੈਤਾਨ ਦਾ ਰੂਹ ਚਾਹੁੰਦੇ ਹੋ? ਤੇ ਜੇ ਯਿਸੂ ਮਸੀਹ ਦਾ ਰੂਹ ਚਾਹੁੰਦੇ ਹੋ ਤੇ ਸੱਚਾਈ ਦੇ ਨਾਲ ਇਹਦਾ ਕੋਰਸ ਗਾਓ। ਲੱਟੇ ਰੂਹਾਨੀ ਨਾਲ ਕਹਿਣਾ, ਤੁਸੀਂ ਹੁਕਮ ਦੇਣਾ ਜਿਹੜੇ ਜ਼ਿਆਦਾ ਪਿਆਰ ਕਰਦੇ ਨੇ ਖੁਦਾ ਨੂੰ, ਯਿਸੂ ਮਸੀਹ ਨੂੰ, ਪਾਕ ਰੂਹ ਨੂੰ, ਹੁਕਮ ਦਿਆ ਕਰੋ। ਬੋਲੋ, ਹੇ ਬਿਮਾਰੀ, ਯਿਸੂ ਨਾਸਰੀ ਨਾਮ ਚ ਦੂਰ ਹੋ ਜਾ, ਪੱਥਰੀਆਂ ਪਿਘਲ ਜਾਓ, ਰਸੋਣੀਆਂ ਗਾਇਬ ਹੋ ਜਾਓ,
ਹੱਡੀਆਂ ਦਾ ਰੋਗ ਦੂਰ ਹੋ ਜਾਏ, ਮਾਸ ਦਾ ਰੋਗ ਦੂਰ ਹੋ ਜਾਏ, ਸਾਰੇ ਰੋਗ ਸਾਰੇ ਬੋਝ ਦੂਰ ਹੋ ਜਾਣ, ਯਿਸੂ ਨਾਸੀ ਦੇ ਨਾਮ, ਆਮੀਨ ਆਮੀਨ ਆਮੀਨ। ਹਾਂ ਤੂੰ ਜਾ ਕੇ ਤਾਰੀਫ ਕਰੋ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਅਰੂਹ ਕੁਦਸ ਦੀ ਰਿਫਾਕਤ ਔਰ ਸ਼ਿਆਕਤ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਤਮਾਮ ਇਮਾਨਦਾਰਾਂ, ਮੁਕੱਦਸਾਂ ਅਤੇ ਸੰਤਾਂ ਹੁੰਦੀ ਰਹੇ। ਆਮੀਨ।